ਇਹ ਡਰਾਮਾ ਵਾਲਾ ਚੌਕ ਹੈ। ਬਜ਼ੁਰਗਾਂ ਨੇ ਜਿਹੜੇ ਉੱਤੇ ਤਰਸੀਲਨ ਰੋਸ਼ਨ ਪਾਈ ਅਤੇ ਇੱਥੇ ਪਹਿਲਾਂ ਡਰੰਮ ਰੱਖੇ ਹੁੰਦੇ ਸਨ ਅਤੇ ਟਾਂਗੇ ਚੱਲਦੇ ਸਨ। ਇੱਕ ਟਰੈਫਿਕ ਦਾ ਉਹਨਾਂ ਨੇ ਇੱਕ ਛੋਟਾ ਜਿਹਾ ਕਾਨੂੰਨ ਬਣਾਇਆ ਸੀ ਜਿਹੜਾ ਸਰਕਲ ਦਾਇਰਾ ਤੋਂ ਅੰਦਰ ਲੈ ਕੇ ਪਏ ਜਾਣ ਸਾਰੇ। ਇਹ ਤਾਂ ਸਾਹਮਣੇ ਰਾਸਤਾ ਨਿਕਲਦਾ ਕਚਹਿਰੀ ਰੋਡ ਸਿੱਧਾ ਜਾਂਦਾ। ਇਹਦੇ ਰਾਈਟ ਸਾਈਡ 'ਤੇ ਰਸਮ ਅੱਗੇ ਮਿਸ਼ਨ ਹੋਸਪਿਟਲ ਆਉਂਦਾ ਅਤੇ ਉਹਦੇ ਮਿਸ਼ਨ ਹੋਸਪਿਟਲ ਦੇ ਬੈਕ ਸਾਈਡ 'ਤੇ ਪੂਰਨ ਨਗਰ ਜਿੱਥੇ ਅਕਸਰ ਹੀ ਜ਼ਿਆਦਾ ਤਾਦਾਦ ਸਿੱਖ ਸਰਦਾਰ ਦੀ ਸੀ। ਕਾਫੀ ਸਾਰੇ ਲੋਕ ਪਾਰਟੀ ਕਿਤੇ ਪਹਿਲੇ ਇੱਥੇ ਆਵਾਜ਼ ਸੀ ਜਿਹੜੇ ਕਿ ਮਾਈਗ੍ਰੇਟ ਕਰਦੇ ਚਲੇ ਗਏ ਜਾਂਦੇ। ਇਹ ਰਸਤਾ ਜਾਂਦਾ ਰੇਲਵੇ ਸਟੇਸ਼ਨ ਵਾਲੀ ਸਾਈਡ 'ਤੇ। ਰੇਲਵੇ ਸਟੇਸ਼ਨ ਜਿਹੜਾ ਕਿ ਬਜ਼ੁਰਗਾਂ ਨੇ ਦੱਸਿਆ ਕਿ ਇਹਨਾਂ ਦੇ ਨਾਨਾ ਦੇ ਦਾਦਾ ਜਾਨ ਸਨ ਜਿਨ੍ਹਾਂ ਨੇ ਜਗ੍ਹਾ ਦਿੱਤੀ ਸੀ। ਮਾਲਕ ਰੈਸਟੋਰੈਂਟ ਜਿਹੜਾ ਕਿ ਸਿਆਲਕੋਟ ਦੀ ਇੱਕ ਪਹਿਚਾਣ ਹੈ। ਅਸਲਾਮ ਅਲੈਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਦੋਸਤ ਮਿੱਤਰ, ਜਿਤਨੇ ਵੀ ਸਾਡੇ ਵਿਊਵਰਸ ਨੇ ਸਭ ਨੂੰ ਸਲਾਮ। ਪੰਜਾਬੀ ਟੱਚ ਦੀ ਟੀਮ ਅੱਜ ਆਈ ਹੈ ਡਰਾਮਾ ਵਾਲਾ ਚੌਂਕ, ਤਹਿਸੀਲ ਜ਼ਿਲ੍ਹਾ ਸਿਆਲਕੋਟ। ਇੱਕ ਬਹੁਤ ਹੀ ਪੁਰਾਣੀ ਜਗ੍ਹਾ ਹੈ ਅਤੇ ਬਹੁਤ ਸਾਰੀਆਂ ਯਾਦਾਂ ਵਾਬਸਤਾ ਨੇ ਇੱਥੇ। ਇੱਥੇ ਸਿੱਖ ਸਰਦਾਰ, ਮੇਘ, ਹਿੰਦੂ, ਈਸਾਈ, ਮੁਸਲਿਮ, ਤਕਰੀਬਨ ਹਰ ਕਮਿਊਨਿਟੀ ਸਾਰੇ ਇੱਥੇ ਰਹਿੰਦੇ ਸਨ, ਸਾਰੀਆਂ ਕੌਮਾਂ ਇਸ ਬਾਅਦ ਸਨ। ਅਤੇ ਸਟਾਰਟ ਅਸੀਂ ਕਰ ਰਹੇ ਹਾਂ, ਇਹ ਸਾਹਮਣੇ ਕਿਲ੍ਹਾ ਨਜ਼ਰ ਆ ਰਿਹਾ ਵੀਰ ਮੁਰਾਦ ਅਲੀ ਸ਼ਾਹ ਸਾਹਿਬ ਦਾ। ਬਹੁਤ ਹੀ ਪੁਰਾਣਾ ਇਹਨਾਂ ਦੀ ਇੱਕ ਬਹੁਤ ਪੁਰਾਣੀ ਤਾਰੀਖ ਹੈ। ਇਹ ਸਾਰਾ ਜਨਾਬ ਡਰਾਮਾ ਵਾਲੇ ਚੌਂਕ ਦੇ ਨਜ਼ਦੀਕ ਨਜ਼ਦੀਕ ਨੇ ਸਾਹਮਣੇ ਨਜ਼ਰ ਆ ਰਹੀ ਹੈ। ਰਸਤਾ ਨਿਕਲਦਾ ਡਰਾਮਾ ਵਾਲੇ ਚੌਂਕ ਤੋਂ ਲਹਾਇਦਗਾਰ। ਇੱਕ ਹੈ ਸਾਹਮਣੇ ਇੱਕ ਮੰਦਰ ਹੈ, ਪੁਰਾਣਾ ਮੰਦਰ ਹੈ ਜਿਹੜਾ ਅੱਜ ਵੀ ਆਬਾਦ ਅਤੇ ਹੋਰ ਵੀ ਬਹੁਤ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਨੇ। ਇੱਕ ਇਹ ਓਲਡ ਬਿਲਡਿੰਗ ਨਜ਼ਰ ਆ ਰਹੀ ਹੈ, ਇੱਕ ਲਕਸ਼ਮੀ ਇੱਕ ਹਿੰਦੂ ਸੀ ਉਹਦੇ ਨਾਂ 'ਤੇ ਇਹ ਬਿਲਡਿੰਗ ਜਿਹੜੀ ਅੱਜ ਵੀ ਮੌਜੂਦ ਹੈ। ਸਾਹਮਣੇ ਅੱਗੇ ਗ੍ਰੀਨਰ ਸਵੀਟ ਹੈ, ਇੱਥੇ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਨੇ। ਡੂੰਘਾ ਬਾਗ ਮਸਜਿਦ ਹੈ ਜਿਹੜੀ ਮਰਕਜ਼ੀ ਮਸਜਿਦ ਸਾਡੇ ਸਿਆਲਕੋਟ ਦੀ, ਇਹ ਪਾਰਟੀਸ਼ਨ ਤੋਂ ਬਾਅਦ ਬਣੀ ਗਈ ਮਸਜਿਦ। ਅਸਲਾਮ ਅਲੈਕਮ ਭਾਈ ਸਾਹਿਬ। ਵਾਲੇਕਮ ਅਸਲਾਮ ਜੀ, ਕੀ ਹਾਲ ਹੈ? ਠੀਕ ਠਾਕ ਹੋ? ਬਸ ਠੀਕ ਹੈ। ਜ਼ਰਾ ਉੱਚੀ ਆਵਾਜ਼ 'ਚ ਬੋਲਣਾ, ਪਤਾ ਲੱਗੇ ਭਾਈ ਸਾਹਿਬ ਦੀ ਆਵਾਜ਼ ਅੱਜ ਵੀ ਉਹੀ ਲਲਕਾਰ ਲੜੀ ਹੈ, ਜਵਾਨੀ ਵਾਲੀ ਆਵਾਜ਼। ਇਹ ਕੀ ਨਾਂ ਦੱਸਿਆ ਸਾਹਿਬ ਨੇ ਆਪਣਾ? ਮੁਹੰਮਦ ਰਫੀਕ। ਮੁਹੰਮਦ ਰਫੀਕ, ਅਤੇ ਵਾਲਾ ਸਾਹਿਬ ਦਾ ਕੀ ਨਾਂ ਹੈ? ਮੁਹੰਮਦ ਸ਼ਰੀਫ। ਮੁਹੰਮਦ ਸ਼ਰੀਫ, ਅਤੇ ਬਾਬਾ ਜੀ ਯਾਨੀ ਕਿ ਦਾਦਾ ਜੀ ਦਾ ਕੀ ਨਾਂ ਤੁਹਾਡਾ? ਇਲਮਦੀਨ। ਇਲਮਦੀਨ, ਮਾਸ਼ਾ ਅੱਲਾ ਜੀ, ਤੁਹਾਨੂੰ ਲੱਗਦਾ ਕਿ ਨਾਂ ਯਾਦ ਹੈ ਆਪਣੀ ਪੀੜ੍ਹੀਆਂ ਦੇ। ਬਹੁਤ ਅੱਲਾ। ਅਤੇ ਆਪਣਾ ਰਿਹਾਇਸ਼ ਕਿਹੜੀ ਜਗ੍ਹਾ ਆਪਣੀ? ਬਾਂਸਾਲਾ ਬਾਜ਼ਾਰ ਗਲੀ ਰੇੜਿਆਂ ਲਈ। ਬਾਂਸਾਲਾ ਬਾਜ਼ਾਰ ਗਲੀ ਰੇੜਿਆਂ ਲਈ, ਤਹਿਸੀਲ ਜ਼ਿਲ੍ਹਾ ਸਿਆਲਕੋਟ ਦੋਨੋਂ ਹੀ। ਬਹੁਤ ਆਲਾ ਹੋ ਗਿਆ। ਅੱਛਾ, ਇਹਦੇ ਆਲੇ ਦੁਆਲੇ ਜਿਹੜੇ ਨੇ ਮੁਹੱਲੇ, ਗਲੀ ਜਾਂ ਕੀ ਨਾਂ ਨੇ ਉਹਨਾਂ ਦੇ ਸਾਰਿਆਂ ਦੇ? ਇਹ ਮੇਰੇ ਨਾਲ ਹੀ ਹੈ, ਪਿੱਛੇ ਮੁਹੱਲਾ ਹੈਗਾ ਕਿ ਇਹਦਾ ਨਾਮ ਪਹਿਲਾਂ ਜੱਫੀਪੁਰਾ ਕਹਿੰਦੇ ਸਨ। ਅੱਛਾ ਜੀ। ਅਤੇ ਹੁਣ ਇਹਦਾ ਨਾਮ ਜਿਹੜਾ ਹੈ ਨਾ ਜੀ, ਇਹ ਵਜ਼ੀਰਪੁਰਾ ਬਣ ਗਿਆ ਵੈ। ਵਜ਼ੀਰਪੁਰਾ ਜਿਹੜਾ ਯਾਨੀ ਕਿ ਡਰਾਮਾ ਵਾਲੇ ਚੌਂਕ ਦੇ ਇਰਦ ਗਿਰਦ ਨੇ ਸਾਰੇ ਆ, ਜਿਹੜਾ ਆਪਣੇ ਲਾਈ ਨੂੰ ਜਾਂਦਾ ਜਿਹੜਾ ਰਸਤਾ ਨਰਾਲਾ ਸਵੀਟ ਦੀ ਬੈਕ ਸਾਈਡ 'ਤੇ। ਜੀ ਜੀ ਬਿਲਕੁਲ। ਇਸ ਮੁਹੱਲੇ ਦਾ ਨਾਮ ਪਹਿਲਾਂ ਜੱਫੀਪੁਰਾ ਸੀ ਅਤੇ ਹੁਣ ਵਜ਼ੀਰਪੁਰਾ ਬਣਿਆ। ਜੀ ਠੀਕ, ਬਿਲਕੁਲ ਠੀਕ ਹੋ ਗਿਆ।
ਤੇ ਆਪਣੀ ਕਿੰਨੀ ਉਮਰ ਹੈ ਇਸ ਟਾਈਮ ਹਾਜੀ ਸਾਹਿਬ? 82 ਸਾਲ ਤਾਂ 3 ਮਹੀਨੇ ਹੋ ਜਾਣੇ ਨੇ 14 ਨਵੰਬਰ ਨੂੰ। ਮਾਸ਼ਾਅੱਲਾ ਇੱਕ ਦਿਨ ਤੁਸੀਂ ਯਾਦ ਰੱਖਿਆ। ਅਤੇ ਜਦੋਂ 47 ਦੇ ਵਰਸ਼ ਉਦੋਂ ਤੁਹਾਡੀ ਕਿੰਨੀ ਉਮਰ ਬਣੀ ਜਾਣੀ ਕਿ ਉਦੋਂ ਮੈਂ 10 ਸਾਲ ਦਾ ਹਾਂ। 10 ਸਾਲ ਦੇ ਉਦੋਂ 1937 ਦੀ ਪੈਦਾਇਸ਼ 14 ਅਗਸਤ ਦੀ। ਮਾਸ਼ਾਅੱਲਾ 14 ਅਗਸਤ 1937 ਪਾਕਿਸਤਾਨ ਬਣਾ ਤੋਂ 10 ਸਾਲ ਪਹਿਲਾਂ ਹੈ। ਮੈਂ ਜੰਮੂ ਖੁਦ ਦੇਖਿਆ ਤਾਂ ਜੀ ਜੀ। ਚਲੋ ਮੈਂ ਇਨਸ਼ਾਅੱਲਾ ਤੁਹਾਨੂੰ ਨਾਲ ਹੀ ਪੁੱਛਦਾ ਜਾਵਾਂਗਾ। ਅਤੇ ਆਪਣਾ ਇੱਥੇ ਕਿਹੜੀਆਂ ਕੌਮਾਂ ਬਸ ਹਨ ਇੱਥੇ? ਇੱਥੇ ਹਿੰਦੂ ਸਿੱਖ ਈਸਾਈ ਜੀ ਮੇਘ ਝੂਰ ਵੀ ਹੈ ਸਨ। ਮੇਘ ਝੂਰ ਸਭ ਕੁਝ ਵਿੱਚ ਹੀ ਆ ਜਾਂਦਾ ਹੈ। ਜਿਹੜੇ ਕਿ ਸਾਰੀਆਂ ਕੌਮਾਂ ਇੱਥੇ ਆਬਾਦ ਸਨ। ਜ਼ਿਆਦਾ ਅਕਸਰੀਅਤ ਕਿਹਨਾਂ ਦੀ ਸੀ? ਜ਼ਿਆਦਾ ਮੁਸਲਮਾਨਾਂ ਦੀ ਅਤੇ ਹਿੰਦੂਆਂ ਦੀ ਅਤੇ ਸਿੱਖਾਂ ਦੀ। ਸਿੱਖਾਂ ਦੀ ਸਿੱਖ ਪੂਰਨਗਰ ਰਹੇ ਨੇ ਜੀ ਜੀ। ਪੂਰਨਗਰ ਦਾ ਜਿਹੜਾ ਇਲਾਕਾ ਹੈ ਨਾ, ਹਾਂਜੀ ਹਾਂਜੀ, ਇਹ ਸਾਰਾ ਸਿੱਖਾਂ ਦਾ ਸੀ। ਅੱਛਾ ਠੀਕ। ਇੱਥੇ ਇਹ ਪੈਲੀਆਂ ਹੁੰਦੀਆਂ ਹਨ ਸਾਰੀਆਂ। ਰੜਾ ਮੈਦਾਨ ਹੁੰਦਾ ਸੀ ਸਾਰਾ। ਰੜਾ ਰੇਲਵੇ ਸਟੇਸ਼ਨ ਦੇ ਪਾਰਲੀ ਸਾਈਡ ਦੇ ਚੰਦ ਮਕਾਨ ਸਨ ਜੀ ਜੀ, ਬਾਕੀ ਸਾਰੀਆਂ ਪੈਲੀਆਂ ਸਨ। ਸਾਰਾ ਖੁੱਲ੍ਹਾ ਏਰੀਆ ਸੀ ਸਾਰਾ। ਪਾਕਿਸਤਾਨ ਬਣਨ ਦੇ ਬਾਅਦ ਵਿੱਚ ਜੀ ਜੀ, ਇਹ ਜਿਉਂ ਜਿਉਂ ਲੋਕ ਬਾਹਰ ਆਏ ਨੇ ਉਹਨਾਂ ਨੇ ਇੱਥੇ ਮਕਾਨ ਬਣਾ, ਉਹ ਘਰ ਜ਼ਮੀਨ ਕੌਡੀਆਂ ਦੇ ਭਾਅ 50,000 ਰੁਪਏ ਮਰਲੇ ਤੋਂ ਲਾਇਆ ਕੇ ਨਾ, ਅੱਜ ਦੇਖ ਲਓ ਅਸੀਂ 12 ਲੱਖ ਰੁਪਇਆ ਮਰਲਾ ਜਗ੍ਹਾ ਨਹੀਂ ਲੱਗਦੀ। ਬਿਲਕੁਲ ਬਿਲਕੁਲ ਇੰਝ ਗੱਲ ਜੀ, ਇਹ ਸਿਆਲਕੋਟ ਦਾ ਦਿਲ ਕਿਹਾ ਜਾਂਦਾ ਇਹਨੂੰ। ਡਰਮਾ ਵਾਲਾ ਚੌਂਕ ਆਉਂਦਾ ਜੀ, ਸਾਰਿਆਂ ਤੋਂ ਜਿਹੜੀ ਮਸ਼ਹੂਰ ਹਸਤੀ ਹੈ ਨਾ ਜੀ ਜੀ, ਪੀਰ ਮੁਰਾਦ ਅਲੀ। ਪੀਰ ਮੁਰਾਦ ਅਲੀ ਸਾਹਿਬ, ਪੀਰ ਮੁਰਾਦ ਅਲੀ ਸਾਹਿਬ ਜੀ ਜੀ, ਇਹ ਰਾਜੇ ਦਾ ਦਰਬਾਰ ਇੱਥੇ ਹੁੰਦਾ ਸੀ। ਰਾਜਾ ਸਾਹਿਬ ਜਿਹੜੇ ਕਿਲ੍ਹਾ ਬਾਅਦ ਵਿੱਚ ਬਣਿਆ। ਹਾਂਜੀ ਹਾਂਜੀ, ਸੁਣਨ ਨੂੰ ਲਾਈਏ ਕਿ ਇੱਕ ਮੈਦਾਨ ਹੁੰਦਾ ਸੀ ਅਤੇ ਇੱਕ ਕਲਾ ਹੁੰਦਾ ਸੀ ਜੀ ਜੀ। ਉਹ ਗੁਜਰੀਆਂ ਕੋਈ ਵੀ ਦੁੱਧ ਲੈ ਕੇ ਆਉਂਦੀਆਂ ਸਨ ਜੀ, ਇੱਥੇ ਲਿਆ ਕੇ ਤਲਾ ਅਤੇ ਧੋਂਦੀਆਂ ਅਤੇ ਦੇ ਦਿੰਦੀਆਂ। ਇੱਕ ਦਿਨ ਮੁਗਲ ਸ਼ਾਹ ਬੋਲੀ, ਕਹਿਣ ਲੱਗੇ ਬੇਟਾ ਗੱਲ ਤਾਂ ਮੁਲਕ ਸ਼ਾਹ ਵਾਲੀ ਸਰਕਾਰ ਜਿਹੜੇ ਸਨ, ਕਹਿਣ ਲੱਗਾ ਦਹਾ ਕੀ ਹੈ ਦੁੱਧ, ਕਹਿਣ ਲੱਗਾ ਦੇ ਦਿਆਂ। ਉਹਨੇ ਕਿਹਾ ਨਹੀਂ ਰਾਜਾ ਹੈ, ਇਹ ਪੁੱਛੇਗਾ ਜੀ ਅਤੇ ਘੱਟ ਜਾਏਗਾ ਅਤੇ ਇੰਝ ਹੋਏਗਾ। ਅਤੇ ਉਹਨੇ ਕਿਹਾ ਅੱਛਾ ਇਹ ਦਹਾ ਤੁਸੀਂ। ਉਹਨੇ ਇੰਝ ਕਰਕੇ ਉਂਗਲੀ ਵਿੱਚ ਡੋਬੀ ਹਾਂਜੀ, ਅਤੇ ਉਹਨੂੰ ਕਹਿੰਦਾ ਜਾ ਜੇ ਕਿਹੜੇ ਇੱਥੇ ਆਏ ਕਿਲੇ ਵਾਲੀ ਜਗ੍ਹਾ ਜੀ ਜੀ, ਤਲਾਅ ਦੇ ਉੱਤੇ ਉਹਨੇ ਪੁੱਜਾ ਸੁੱਜਾ ਧੋਤਾ ਜੀ ਜੀ, ਉਹ ਸਾਰੀਆਂ ਧੋਤਾ ਔਰ ਦੁੱਧ ਸਹੀ ਸੀ ਉਹ ਲੈ ਗਈ ਆ ਜੀ ਜੀ। ਜੇ ਕਿਹੜੀ ਔਰ ਦੁੱਧ ਜੇ ਕਿਹੜੀ ਦੇਖਿਆ ਉਹ ਖੂਨ ਬਣਿਆ। ਉਹਨੇ ਕਿਹਾ ਹੁਣ ਕੀ ਕਰਾਂ? ਉਹਨੇ ਕਿਹਾ ਮੇਰਾ ਦੁੱਧ ਖਰਾਬ ਹੋ ਗਿਆ, ਤੁਸੀਂ ਜਾਓ ਦੱਸੀ। ਉਹਨੇ ਇੱਧਰੋਂ ਉੱਧਰੋਂ ਤੱਕਿਆ, ਇੱਧਰੋਂ ਦੇਖਿਆ ਕੋਈ ਨਾ, ਉਹਨੇ ਉਹ ਜਿਹੜਾ ਪੁੱਜਾ ਸੀ ਨਾ ਉਹ ਤਲਾਅ ਦੇ ਵਿੱਚ ਰੋਡ ਛੜਿਆ ਧੋਤਾ ਕੇ ਸਾਫ਼ ਕਰ ਰਿਹਾ, ਉਹ ਦੇਖਦੇ ਗਏ। ਉਹ ਕੀ ਹੋਇਆ ਨਾ ਜਿਹੜਾ ਉਹ ਫੁੱਲ ਬਣ ਗਿਆ ਸੁਰਖ ਰੰਗ ਦਾ ਫੁੱਲ ਬਣ ਗਿਆ ਹਾਂਜੀ। ਉਦੋਂ ਚੰਦ ਅਰਸੇ ਬਾਅਦ ਜਿਹੜਾ ਨਾ ਮਾਈ ਰਾਸ ਸੀ ਉਸ ਤਲਾਅ ਦੇ ਉੱਤੇ ਆ ਜਾਂਦੇ ਸਹੇਲੀਆਂ ਦੇ ਨਾਲ ਨਹਾਉਣ ਵਾਸਤੇ। ਉਹ ਨਾ ਫੁੱਲ ਇਹ ਵੀ ਫੜਨ ਇਹ ਵੀ ਫੜਨ, ਉਹ ਮਾਈ ਰਾਸ ਸੀ ਦੇ ਹੱਥ ਆ ਜਾਂਦਾ ਹਾਂਜੀ। ਮਾਈ ਰਾਸ ਸੀ ਐਂ ਸੁੰਘਦੀ ਹੈ ਨਾ ਜੀ, ਉਹ ਉਮੀਦ ਹੋ ਜਾਂਦੀ ਹੈ। ਰਾਜਾ ਕੀ ਕਰਦਾ ਨਾ ਉਹਨੂੰ ਸ਼ਹਿਰ ਬਦਲ ਕਰ ਦਿੰਦਾ, ਮੂਰਖ ਸ਼ਾਹ ਬਲੀ ਹੁੰਦਾ ਜੀ। ਉੱਥੋਂ ਦਾ ਕੱਪੜ ਦਾ ਬੜਾ ਪਤਾ ਲੱਗ ਜਾਂਦਾ ਕਿ ਉਹ ਜੰਗਲ ਦੇ ਵਿੱਚ ਚਲੇ ਜਾਂਦੇ ਨੇ ਜੀ, ਉਹ ਕੁਛ ਅਰਸੇ ਤੋਂ ਬਾਅਦ ਉਹਦਾ ਲੜਕਾ ਪੈਦਾ ਹੋ ਜਾਂਦਾ ਜੀ। ਉਹ ਕਹਿੰਦੇ ਕਿ ਇਹਦਾ ਨਾਂ ਕੀ ਰੱਖਣਾ ਮੂਰਖ ਸ਼ਾਹ ਬਲੀ? ਉਹ ਕਹਿੰਦਾ ਇਹਦਾ ਨਾਂ ਮੁਰਾਦ ਅਲੀ ਰੱਖ ਦਿੰਦੇ। ਮੁਰਾਦ ਅਲੀ, ਮੁਰਾਦ ਅਲੀ ਹਾਂਜੀ। ਇਹਨੂੰ ਰਾਜੇ ਨੂੰ ਖਤਰਾ ਪੈ ਜਾਂਦਾ ਇੰਝ ਕਰ ਇੱਥੇ ਕਿਲ੍ਹਾ ਬਣਾਉਣਾ, ਜੇ ਕੋਈ ਕਿਲ੍ਹਾ ਬਣਾਉਂਦਾ ਇੱਧਰੋਂ ਬਣਾਉਂਦੇ ਇੱਧਰੋਂ ਢੱਠ ਜਾਂਦਾ, ਇੱਧਰੋਂ ਬਣਾਉਂਦਾ ਢੱਠ ਜਾਂਦਾ ਜੀ। ਪੀਰ ਮੁਰਾਦ ਅਲੀ ਹਾਂਜੀ, ਜ਼ਰਾ ਉੱਚੀ ਜ਼ਰਾ ਤੱਕ ਸਮਝ ਆਇਆ, ਮੁਰਾਦ ਅਲੀ ਨਾਂ ਰੱਖਿਆ ਗਿਆ। ਮੁਰਾਦ ਅਲੀ ਨਾਂ ਰੱਖਿਆ ਗਿਆ, ਫਿਰ ਉਹਦੇ ਬਾਅਦ ਕਿਲ੍ਹਾ ਬਣਾਉਣਾ ਸੀ ਜੇ ਕਿਹੜੀ ਜੀ,
ਇੱਕ ਪਾਸੇ ਢਾਂਦੇ ਬਣਾਉਂਦੇ ਤਾਂ ਢੱਟ ਜਾਂਦਾ ਇੱਕ ਪਾਸੇ, ਇਹਨਾਂ ਨੂੰ ਜੁਮੀ ਮਿਲੇ ਆ ਰਾਜੇ ਨੂੰ। ਕਹਿ ਮੈਂ ਕਿਹਾ ਕਿਸੇ ਮੁਸਲਮਾਨ ਦਾ ਖੂਨ ਹੋਵੇ ਤਾਂ ਕਿਲ੍ਹਾ ਤਾਂ ਖੁਲਵੇਗਾ ਹੀ। ਨਜੂਮੀ ਕੌਣ ਸੀ? ਹੈਂ, ਨਜੂਮੀ ਮੁਸਲਮਾਨ ਸੀ ਕੋਈ? ਮੈਂ ਹਿੰਦੂ ਸੀ। ਹਿੰਦੂ ਸੀ? ਉਹ ਕੀ ਹੋਇਆ ਨਾ, ਉਹਨੇ ਲੱਭੇਗਾ ਕਿਸ ਤਰ੍ਹਾਂ ਜੀ, ਉਹਨੇ ਕਿਹਾ ਐਕ ਦੇ ਕਿਨਾਰੇ ਉਦੋਂ ਕਰਦਾ ਹੋਏਗਾ, ਹੱਥ ਧੋਏਗਾ ਐਨ ਜੇ ਫਲਾਂ ਨੇ ਫੜ ਕੇ ਲੈ ਆਉਂਦਾ। ਉਹਨੇ ਕਿਹਾ ਤੇਰਾ ਖੂਨ ਹੋਏਗਾ ਅਤੇ ਇੱਕ ਲੱਖ ਹੋਏਗਾ। ਉਹਨੇ ਚੀਚੀ ਦਾ ਖੂਨ ਕੱਢਿਆ ਲਾਇਆ ਖਲੋ ਗਿਆ। ਮੇਰੇ ਜੇ ਕੋਈ ਹੋਰ ਉਹੋ ਜਿਹੇ ਬੰਦੇ ਕਹਿਣ ਲੱਗੇ ਨਹੀਂ, ਇਹਨੂੰ ਪੂਰਾ ਹੀ ਆਹੋ ਜਿਹਦੀ ਉਂਗਲੀ 'ਚ ਨਹੀਂ ਚੀਚੀ ਦੇ ਵਿੱਚ ਨਹੀਂ ਪਾਵਰ, ਇਹਨੂੰ ਜੀ ਮੁਕਾ ਕੇ ਨਾ ਅਤੇ ਇੰਝ ਰੱਖ ਲਓ ਮੈਂ ਕਿਆਮਤ ਤੱਕ ਨਹੀਂ ਕਿਲਾ ਡੋਲੇਗਾ। ਉਹਨਾਂ ਨੇ ਉਹੀ ਕੰਮ ਕੀਤਾ, ਸ਼ਹੀਦ ਘਰ ਛੜਿਆ। ਫਿਰ ਉਹਨੇ ਬਾਅਦ ਮਾਈ ਰਾਤ ਸੀ ਉਹਨੇ ਸ਼ਾਹਪੁਰ ਗਈ, ਉਹਨੇ ਕਿਹਾ ਇਹ ਗੱਲ। ਫਿਰ ਮਾਈ ਰਾਤ ਸੀ ਜਿਹੜੀ ਹੈ ਨਾ, ਹਾਂਜੀ, ਉਹ ਅਰਬ ਵਿੱਚ ਗਈ, ਅਰਬ ਵਿੱਚ ਫੌਜਾਂ ਆ ਕੇ ਨਾ ਅਤੇ ਇੱਥੇ ਲੜੀਆਂ। ਇਹ ਜਿਹੜਾ ਬਾਂਸਾ ਨਾ ਬਾਜ਼ਾਰ ਕਿਲ੍ਹੇ ਦੇ ਇਰਦ ਗਿਰੇ, ਇਹ ਸਾਰਾ ਕਬਰਸਤਾਨ, ਇਹ ਸਾਰਾ ਕਬਰਸਤਾਨ ਸੀ, ਹੈ ਉਹ ਕਬਰਸਤਾਨ ਹੀ ਹੈ ਸਾਰਾ ਜੀ ਜੀ। ਇਰਦ ਗਿਰ ਕਈ ਘਰ ਐਸੇ ਨੇ ਉੱਥੇ ਕਬਰ ਹੋਏਗੀ, ਉੱਥੇ ਹੋਏਗੀ, ਉੱਥੇ ਹੋਏਗੀ। ਉਹ ਫਿਰ ਉਹ ਇਸ ਤਰ੍ਹਾਂ ਕਰਕੇ ਕਿ ਨਹੀਂ ਐਸੇ ਜੰਗ ਹੋਈ ਉਹਨਾਂ ਦੇ ਵਿੱਚ। ਫਿਰ ਮਾਮਾ ਅਲੀ ਰਾਕ ਆਏ, ਹੋਰ ਇੱਥੇ ਮਸ਼ਹੂਰ ਹੱਸੀਆਂ ਆਈਆਂ, ਉਹਨਾਂ ਨੇ ਆਪਣੇ ਕੁਰਬਾਨੀਆਂ ਦਿੱਤੀਆਂ ਜੀ ਜੀ। ਬਸ ਇਸੇ ਤਰ੍ਹਾਂ ਹੀ ਇਹ ਬਾਤ ਹੋਇਆ। ਅੱਛਾ, ਅਤੇ ਇਹ ਸਿੱਖਾਂ ਦੀ ਤਾਦਾਦ ਪੂਰਨ ਨਗਰ ਸੀ? ਪੂਰਨ ਨਗਰ ਵਿੱਚ ਹੈ ਇਹ ਇਲਾਕਾ, ਹੈਗਾ ਹੈ ਪਿੱਛੇ ਨੈਬਵਾਜ, ਇੱਥੇ ਵੀ ਸਿੱਖ ਰਹਿੰਦੇ ਹਨ ਜੀ ਜੀ ਬਿਲਕੁਲ। ਫਿਰ ਹੋਰ ਇਲਾਕੇ ਦੇ ਵਿੱਚ ਵੀ ਹੈ ਨੇ, ਮੈਂ ਅਸੀਂ ਛੋਟੇ ਸਾਨੂੰ ਜਿੰਨਾ ਜਿੰਨਾ ਪਤਾ ਹੈ ਉਹਨਾਂ ਨੂੰ ਦੱਸ ਦਿਓ। ਅੱਛਾ, ਅਤੇ ਉਹ ਜਿਹੜੀ ਇੱਕ ਬਿਲਡਿੰਗ ਹੈ ਪੁਰਾਣੀ, ਇੱਕ ਲਕਸ਼ਮੀ ਬਿਲਡਿੰਗ, ਦੋ ਪੁਰਾਣੀਆਂ ਬਿਲਡਿੰਗਾਂ ਨੇ, ਇਹਨਾਂ ਦੇ ਬਾਰੇ ਸਾਨੂੰ ਕੁਝ ਦੱਸੋ। ਇਹ ਸਾਹਮਣੇ ਉਹਦੇ ਪਾਕਿਸਤਾਨ ਬਣਨ ਤੋਂ ਪਹਿਲਾਂ ਦੀ ਸਨ 45 ਅਸੀਂ ਦੇਖਦੇ ਹਾਂ ਨਾ ਜੀ ਜੀ, ਜਿਸ ਤਰ੍ਹਾਂ ਦੀ ਬਿਲਡਿੰਗ ਹੈ ਨਾ ਜੀ ਜੀ, ਉਸੇ ਤਰ੍ਹਾਂ ਉਹਦਾ ਰੰਗ ਪਾਕਣ ਜਿਹੜਾ ਹੈ ਨਾ ਉਹ ਤਬਦੀਲ ਨਹੀਂ ਹੋਇਆ ਜੀ ਜੀ। ਉਹ ਇਸ ਤਰ੍ਹਾਂ ਉਦੋਂ ਮਟੀਰੀਅਲ ਸਹੀ ਲਾਉਂਦੇ ਸਨ ਜੀ ਜੀ, ਮਟੀਰੀਅਲ ਸਹੀ ਲੱਗਾ ਤਾਂ ਇੱਥੇ ਡੋਲ ਹੀ ਨਹੀਂ ਸਕਦੇ। ਬਿਲਕੁਲ ਬਿਲਕੁਲ ਹਾਂਜੀ, ਬਹੁਤ ਇਹ ਬਿਲਡਿੰਗ ਹੈ ਜਿਹੜੀ ਹਿੰਦੂ ਸੀ, ਹਿੰਦੂ ਦੀ ਸੀ, ਹੈ ਹਿੰਦੂਆਂ ਦੀ ਬਣ ਗਈ ਅਤੇ ਤਕਰੀਬਨ ਕਦੋਂ ਦੀ ਇਹ ਬਣੀ ਹੈ ਅੰਦਾਜ਼ਨ? ਇਹ ਪਾਕਿਸਤਾਨ ਸਨ 45 ਤੋਂ ਵੀ ਪਹਿਲਾਂ ਦੀ ਬਣੀ। ਅੱਛਾ, 45 ਤੋਂ ਵੀ ਪਹਿਲਾਂ ਦੀ ਬਣੀ ਹੈ ਬਿਲਡਿੰਗ ਇਸ ਤਰ੍ਹਾਂ ਹੀ ਉਦੋਂ ਦੀ, ਅਤੇ ਲਿਖਾਈ ਆਰਟਕਾਰੀ ਹਲੇ ਵੀ ਇਹਦੇ ਉੱਤੇ ਹੋਈ ਹੈ। ਇਹਦਾ ਰੰਗ ਰੋਗਣ ਉਹ ਹੀ ਹੈ? ਉਹ ਹੀ, ਹੋਰ ਬਦਲਿਆ ਤਾਂ ਕੋਈ ਨਹੀਂ, ਬਾਹਰਲੀ ਸਾਈਡ ਦੇ ਅੰਦਰ ਤਾਂ ਉਹਨਾਂ ਨੂੰ ਤਬਦੀਲ ਕਰ ਚੜਿਆ ਹੋਣਾ ਹੈ ਨਾ। ਇਹ ਮੁਹੱਲੇ ਦਾ ਨਾਮ ਜਿਹੜਾ ਹੈ ਨਾ ਪਹਿਲਾਂ ਜੱਫੀਪੁਰਾ ਸੀ ਜੀ ਜੀ, ਆਹ ਦੱਸਿਆ ਤੁਸੀਂ ਬਿਲਕੁਲ, ਹੁਣ ਜਿਹੜੇ ਨਾ ਇਹਦਾ ਨਾਮ ਵਜ਼ੀਰਪੁਰਾ ਬਣ ਗਿਆ। ਠੀਕ, ਅਤੇ ਅੱਛਾ ਇਹ ਸਕੂਲ ਕਿਹੜਾ ਸੀ ਉਦੋਂ ਉਹਨਾਂ ਵਕਤਾਂ 'ਚ? ਇੱਥੇ ਸਕੂਲ ਪੰਨੀ ਗਲੀ ਦੇ ਵਿੱਚ ਸਕੂਲ ਸੀ, ਇੱਕ ਡਰਮਾ ਵਾਲੇ ਚੌਂਕ ਦੇ ਸਾਹਮਣੇ ਸਕੂਲ ਹੈਗਾ ਸੀ। ਕੀ ਨਾਮ ਸਕੂਲ ਦਾ? ਭਲਵਾਨਾਂ ਦਾ ਹੋਟਲ ਨੇ। ਹਾਂਜੀ ਹਾਂਜੀ, ਇੱਥੇ ਸਕੂਲ ਹੁੰਦਾ ਸੀ ਗੌਰਮਿੰਟ ਮੁਸਲਿਮ ਸਕੂਲ ਜਿਹੜਾ ਸੀ, ਇਹ ਪੁਰਾਣਾ ਗੌਰਮਿੰਟ ਮੁਸਲਿਮ ਹਾਈ ਸਕੂਲ, ਇਹ ਬਾਅਦ ਵਿੱਚ ਬਣੇ ਨੇ। ਹਾਂ, ਪਹਿਲਾਂ ਜਿਹੜਾ ਕੀ ਨਾਂ ਸੀ ਉਹਨਾਂ ਜਿਹੜੇ ਪਹਿਲਾਂ ਬਣੇ ਨੇ? ਪਹਿਲਾਂ ਸਕੂਲ ਸੀ ਮੁਸਲਿਮ ਸਕੂਲ ਨੇ ਮੁੰਡਿਆਂ ਦਾ। ਹਾਂਜੀ, ਮੁਸਲਿਮ ਸਕੂਲ, ਇਹਦਾ ਨਾਮ ਸੀ ਆਰੀਆ ਸਮਾਧ ਜੀ। ਆਰੀਆ ਸਮਾਧ, ਆਰੀਆ ਸਮਾਧ, ਇਹ ਹਿੰਦੂ ਲੜਕੇ ਦੂਸਰੇ ਪੜ੍ਹਦੇ ਪੁੜ੍ਹਦੇ ਹੁੰਦੇ ਸਨ, ਮੁਸਲਮਾਨ ਪੜ੍ਹਦੇ ਸਲਾਮੀਆ ਸਕੂਲ ਪੜ੍ਹਦੇ ਸਨ। ਅੱਛਾ, ਮੁਸਲਮਾਨ ਉਹ ਸਲਾਮੀਆ ਸਕੂਲ ਕਬਰਸਤਾਨ ਦੇ ਸਾਹਮਣੇ ਜਿਹੜਾ, ਉਹ ਬਾਅਦ ਵਿੱਚ ਬਣਿਆ ਸੀ, ਸਨ 45 ਦੇ ਬਾਅਦ ਬਣਿਆ ਸੀ। ਅਤੇ ਤੁਸੀਂ ਕਿਹੜੇ ਸਕੂਲ ਪੜ੍ਹੇ? ਸਲਾਮੀਆ ਸਕੂਲ ਪੜ੍ਹੇ। ਸਲਾਮੀਆ, ਮਾਸ਼ਾਅੱਲਾ, ਕਿੰਨੀਆਂ ਜਮਾਤਾਂ ਤੁਸੀਂ ਪਾਸ ਕੀਤੀਆਂ? ਮੈਂ ਤਾਂ 9ਵੀਂ ਤੱਕ ਪੜ੍ਹੇ। ਉਹਨਾਂ ਵਕਤਾਂ ਦੇ ਤੁਸੀਂ? ਮਾਸ਼ਾਅੱਲਾ ਜੀ, ਉਦੋਂ ਦੀਆਂ ਚਾਰ ਪੜ੍ਹੀਆਂ ਨਹੀਂ ਮਾਨ। ਦੂਸਰੇ ਨੰਬਰ 'ਤੇ ਮਾਸਟਰ ਕਿਹੜੇ ਕਿਹੜੇ ਸਨ ਉੱਥੇ? ਉੱਥੇ ਖਾਜਾ ਸਰਫਰਾਜ਼ ਸੀ। ਖਾਜਾ ਐਬਟ ਰੋਡ 'ਤੇ ਚਲਾ ਗਿਆ, ਖਾਜਾ ਸਰਫਰਾਜ਼ ਜੀ। ਇੱਕ ਸੈਯਦ ਸ਼ਬੀਰ ਹੁਸੈਨ ਸ਼ਾਹ ਪੂਰਨ ਨਗਰ ਦਾ ਜੀ। ਇੱਕ ਮੁਹੰਮਦ ਅਲੀ ਸੀ। ਸਾਰੇ ਮੁਸਲਮਾਨ ਟੀਚਰ ਸਨ? ਹੈਂ, ਮੁਸਲਮਾਨ ਹੀ ਟੀਚਰ ਸਨ ਸਾਰੇ? ਮੁਸਲਮਾਨ ਸਨ ਸਾਰੇ, ਸਾਰੇ ਮੁਸਲਮਾਨ।
ਤੇ ਜਿਹੜਾ ਜਿੱਥੇ ਸਿੱਖ ਦੇ ਪੜ੍ਹਦੇ ਸਨ ਹਿੰਦੂ ਉਹ ਕਿੱਥੇ ਪੜ੍ਹਦੇ ਸਨ? ਆਰੀਆ ਸਮਾਜ ਸਕੂਲ। ਆਰੀਆ ਸਮਾਜ ਸਕੂਲ ਇਹ ਤੇ ਹੁਣ ਨਵੇਂ ਨਵੇਂ ਬਣ ਗਏ ਤੇ ਜਿੱਥੇ ਲਾਮਾ ਇਕਬਾਲ ਨੇ ਪੜ੍ਹਿਆ ਤੇ ਜੀ ਜੀ ਉਹ ਤਹਿਸੀਲ ਬਾਜ਼ਾਰ ਚੌਂਕ ਦੇ ਨਾਲ ਮਿਸ਼ਨ ਸਕੂਲ ਹੈਗਾ ਉੱਥੇ ਗੌਰਮੈਂਟ ਕ੍ਰਿਸਚਨ ਸਕੂਲ ਜਿਹੜਾ ਹਾਂਜੀ ਲਾਮਾ ਇਕਬਾਲ ਸਾਹਿਬ ਉੱਥੇ ਪੜ੍ਹੇ ਨੇ। ਅਤੇ ਜਿਹੜੇ ਸਿੱਖ ਸਨ ਪੜ੍ਹੇ ਹੈ ਸਰ ਕੋਈ ਯਾਰ ਦੋਸਤ ਵੇਲੇ ਕਿਸੇ ਦਾ ਨਾਂ ਯਾਦ ਹੋਏ ਤੁਹਾਨੂੰ? ਦੇਖੋ ਇੱਕ ਵਾਰ ਦੀ ਗੱਲ ਹੈਗੀ ਹੈ ਜੀ ਥੋੜ੍ਹਾ ਜਿਹਾ ਜ਼ਰਾ ਉੱਚੀ ਬੋਲੇ ਤਾਂ ਕਿ ਆਵਾਜ਼ ਵਿੱਚ ਕਲੀਅਰ ਆਏ। ਬੋਲੇ ਦੀ ਗੱਲ ਹੈਗੀ ਹੈ ਕਿ ਇਹਨਾਂ ਦਾ ਤਿਉਹਾਰ ਹੁੰਦਾ ਹੈ ਜੀ ਜੀ ਮੁੰਡੇ ਰਲ ਕੇ ਕਿ ਨਹੀਂ ਅਤੇ ਉਹ ਕਹਿੰਦੇ ਨੇ ਨਾਮ ਉਧਾਰ ਨਹੀਂ ਉਹ ਕਰਨਾ ਅਤੇ ਇੰਝ ਇਹ ਹਿੰਦੂਆਂ ਦੇ ਰਮਤਲਾ ਜੀ ਉਹ ਕੀ ਕਹਿੰਦੇ ਚੀਜ਼ਾਂ ਦਿੰਦੇ ਹਨ ਹਾਂਜੀ ਉਹ ਲੈ ਕੇ ਮੁੰਡਾ ਖਾ ਖੂ ਲੈਂਦੇ ਹਨ ਜਾਂ ਕੋਈ ਜੇ ਕਿਹੜੀ ਘਰਦਿਆਂ ਨੂੰ ਪਤਾ ਲੱਗਾ ਉਹਨਾਂ ਕਿਹਾ ਤੁਸੀਂ ਕਿਹੜੇ ਕੰਮ ਲੱਗੇ ਦੇ ਹੋ ਫਿਰ ਇੱਧਰ ਆਉਣਾ ਬੰਦ ਕਰ ਦੇਗਾ। ਰਾਮਤਲਾ ਨਾਂ ਕਿਸ ਤਰ੍ਹਾਂ ਪਿਆ? ਇਹ ਜਿਹੜਾ ਹਿੰਦੂ ਸੀ ਨਾ ਹਾਂਜੀ ਉਹਨਾਂ ਨੇ ਇਹ ਤਲਾਅ ਬਣਾਇਆ ਉਹਦਾ ਨਾਂ ਰਾਮ ਅਤੇ ਤਲਾਬ ਦੀ ਜਗ੍ਹਾ ਤਲਾਈ ਕਰਿਆ ਰਾਮਤਲਾਈ। ਰਾਮਤਲਾਈ ਉਦੋਂ ਦਾ ਜਿਹੜਾ ਇਹਨਾਂ ਰਾਮਤਲਾਈ ਹੈ। ਅੱਛਾ ਹਿੰਦੂਆਂ ਦਾ ਤਲਾਬ ਹੁੰਦਾ ਸੀ ਇੱਥੇ? ਹਾਂ ਇੱਥੇ ਨਹਾਉਂਦੇ ਸਨ ਜਾਂ ਜੋ ਵੀ ਕਰਦੇ ਸਨ। ਜਿਹੜਾ ਮੁਸਲਿਮ ਸਕੂਲ ਹੈ ਇਸਲਾਮੀਆ ਸਕੂਲ ਹੈ ਨਾ ਜੀ ਜੀ ਇਹ ਵੀ ਹਿੰਦੂਆਂ ਦਾ ਹੀ ਹੈ। ਇਹ ਬਾਅਦ ਵਿੱਚ ਪਾਕਿਸਤਾਨ ਬਣਨ ਦੇ ਬਾਅਦ ਇਸਲਾਮੀਆ ਗਰਲ ਹਾਈ ਸਕੂਲ ਬਣਿਆ। ਸਹੀ ਹੈ। ਅਤੇ ਸਿੱਖਾਂ ਦਾ ਕੋਈ ਗੁਰਦੁਆਰਾ ਹੈ ਸੀ ਇੱਥੇ? ਬਾਬੇ ਬੇਰੀ ਸੀ। ਅੱਛਾ ਬਾਬੇ ਬੇਰੀ ਜਿਹੜਾ ਹਾਲੇ ਵੀ ਅੱਜ ਵੀ ਮੌਜੂਦ ਹੈ ਉਹ ਇਹ ਜਿਹੜੇ ਨਾ ਜੀ ਜੀ ਰਾਮਤਲਾ ਜੀ ਇੱਥੇ ਕਾਇਦੇ ਆਜ਼ਮ ਪੀਰ ਜਮਾਤ ਅਲੀ ਸ਼ਾਹ ਸਾਹਿਬ ਬਹਾਰੀ ਆਗਾ ਸ਼ੋਰਸ਼ ਕਸ਼ਮੀਰੀ ਬਹੁਤ ਸਾਰੀਆਂ ਹਸਤੀਆਂ ਨੇ ਇੱਥੇ ਤਕਰੀਰ ਮੈਂ ਖੁਦ ਸੁਣੀ ਹੋਈ। ਕਿਆ ਬਾਤ ਹੈ ਯਾਰ ਰਾਮਤਲਾਈ ਦੇ ਵਿੱਚ ਬੜੀ ਮਾਸ਼ਾਅੱਲਾ ਤੁਹਾਡੀ ਯਾਦਾਸ਼ਤ। ਚੜ੍ਹਦੀ ਸਾਈਡ ਦਾ ਸਟੇਜ ਬਣਿਆ ਸੀ ਇੰਜ ਪੌੜੀਆਂ ਨਾ ਜੀ ਹਾਂ ਬਿਲਕੁਲ ਪੌੜੀਆਂ ਦੇ ਵਿੱਚ ਅਸੀਂ ਬੈਠੇ ਦੇ ਤਕਰੀਰ ਸੁਣੀ ਹੈ ਆਗਾ ਸ਼ੋਰਸ਼ ਕਸ਼ਮੀਰੀ ਸਾਰੀਆਂ ਹਸਤੀਆਂ ਇੱਥੇ ਤਕਰੀਰ ਕਰਕੇ ਗਏ ਤੁਸੀਂ ਆਪ ਵੀ ਸੁਣੀ ਉਹਨਾਂ ਦੀ ਬੜੀ ਗੱਲ ਹੈ ਜੀ ਬੜੀ ਗੱਲ ਹੋ ਗਿਆ ਸੀ ਝਗੜਾ ਹੋ ਪਿਆ ਕਿਸ ਤਰ੍ਹਾਂ? ਇਹ ਜਿੱਥੇ ਕੁੜੀਆਂ ਦਾ ਸਕੂਲ ਨੇ ਸਲਾਮੀਆ ਸਕੂਲ ਜੀ ਜੀ ਇਹਦੇ ਨਾਲ ਜਿੱਦਾਂ ਨੈਸ਼ਨਲ ਬੈਂਕ ਹੈ ਇੱਥੇ ਹਿੰਦੂਆਂ ਦਾ ਸੀ ਜੀ ਇੱਥੇ ਇੱਟਾਂ ਛਿੱਟਾਂ ਚੱਲੀਆਂ ਮੇਰੀ ਜੁੱਤੀ ਰਹਿ ਗਈ। ਅੱਛਾ ਉਹ ਜਾ ਕੇ ਅਸੀਂ ਟਰੰਕ ਬਾਜ਼ਾਰ ਉੱਤੋਂ ਦੀ ਜਾ ਕੇ ਨਾ ਅਤੇ ਮਜਲਸ ਸਰਹਾਰ ਦਾ ਦਫ਼ਤਰ ਹੈ ਨਾ ਖਟੀਕਾਂ ਵਾਲੇ ਬਾਜ਼ਾਰ ਦੇ ਵਿੱਚੋਂ ਜਾ ਕੇ ਜੁੱਤੀ ਲਈ ਸੀ ਜਿਹੜਾ ਅੱਜ ਵੀ ਮੌਜੂਦ ਹੈ ਖਟੀਕਾਂ ਵਾਲਾ ਬਾਜ਼ਾਰ ਜੁੱਤੀਆਂ ਦੇ ਨਾਂ ਤੋਂ ਹੈ ਉਹ ਉਸ ਬਾਜ਼ਾਰ ਦਾ ਨਾਂ ਦੇ ਬਾਬਸਾਂ ਦਾ ਬਾਜ਼ਾਰ ਅਸੀਂ ਕਹਿੰਦੇ ਅਤੇ ਕੀ ਨਾਂ ਲੈਂਦੇ ਰੇਲਵੇ ਸਟੇਸ਼ਨ ਇਹ। ਅੱਛਾ ਮੈਂ ਤੁਹਾਨੂੰ ਇਹਦੇ ਬਾਰੇ ਪੁੱਛਣਾ ਵਾ ਇਹ ਖਟੀਕਾਂ ਵਾਲਾ ਬਾਜ਼ਾਰ ਲਫਜ਼ ਖਟੀਕਾਂ ਕਿਹਦੇ ਨਾਂ ਤੋਂ ਬਾਜ਼ਾਰ ਪਿਆ? ਸ਼ੇਖਾਂ ਦੇ ਨਾਂ ਇਹ ਚਮੜਾ ਚੁਮੜਾ ਇਹੋ ਜਿਹੇ ਵੇਚਦੇ ਹਨ ਨਾ ਖਟੀਕ ਹੁਣ ਦੇ ਨਾ ਕੋਈ ਜੱਟ ਹੈ ਕੋਈ ਰਾਜਪੂਤ ਹੈ ਜਾਂ ਕੋਈ ਉਹਨਾਂ ਦਾ ਉਸੇ ਮੁਹੱਲੇ ਦਾ ਨਾਂ ਪੈ ਜਾਂਦਾ ਮਹਾਂਜ ਇਹ ਜੱਟ ਨੇ ਉਹ ਜੱਟਾਂ ਦੀ ਗਲੀ ਬਣ ਗਈ ਐਬਟ ਰੋਡ ਹੈ ਪ੍ਰੇਮ ਨਗਰ ਹੈ ਇਹ ਨਵੀਂ ਆਬਾਦੀ ਹੈ ਸਾਰੀ ਸਾਰੀਆਂ ਬਾਧੀਆਂ ਬਾਧੀਆਂ ਨੇ ਬਾਜ਼ਾਰ ਉਦੋਂ ਕਿਹੜਾ ਕਿਹੜਾ ਸੀ ਪੁਰਾਣਾ ਨਾਂ ਇਹਨਾਂ ਦੇ ਵਿੱਚੋਂ? ਟਰੰਕ ਬਾਜ਼ਾਰ ਹੈ ਸੀ ਨਾਂ ਵਿੱਚ ਟਰੰਕ ਬਾਜ਼ਾਰ ਹੋਇਆ ਸੀ ਟਰੰਕ ਬਾਜ਼ਾਰ ਟਰੰਕ ਨਾਂ ਜਿਹੜਾ ਸੀ ਬਾਜ਼ਾਰ ਹੋਇਆ ਸੀ ਬੁੱਢੀ ਬਾਜ਼ਾਰ ਹੋਇਆ ਸੀ ਤਹਿਸੀਲ ਬਾਜ਼ਾਰ ਹੈ ਸ਼ਬਾਲਾ ਇੱਧਰ ਉੱਧਰ ਸਾਰੇ ਸਨ ਇਹ ਸਾਰੇ ਪੁਰਾਣੇ ਨਾਂ ਨੇ ਜਿਹੜੇ ਅੱਜ ਵੀ ਉਹੀ ਨਾਂ ਨੇ ਨਵਾਬ ਸਵੀਟ ਦਾ ਮਗਰਲਾ ਮਹੱਲਾ ਇਹ ਵੀ ਹਿੰਦੂਆਂ ਦਾ ਸੀ ਫਿਰ ਪਾਲਾ ਸ਼ਾਹ ਗੇਟ ਹਿੰਦੂਆਂ ਦਾ ਸੀ ਪਾਲਾ ਸ਼ਾਹ ਗੇਟ ਇਹ ਜਿਹੜਾ ਉਰਲਾ ਇਲਾਕਾ ਮੁਸਲਮਾਨਾਂ ਦਾ ਸੀ ਜੀ ਜੀ ਬੇਰੀ ਵਾਲਾ ਚੌਂਕ ਟਾਰੀ ਇਹ ਮੁਸਲਮਾਨਾਂ ਦਾ ਸੀ ਬਸ ਮੁਸਲਮਾਨਾਂ ਦਾ ਕਰੀਮਪੁਰ ਮੰਦਰ ਇੱਥੇ ਹਿੰਦੂਆਂ ਦੇ ਕਿੰਨੇ ਮੰਦਰ ਸਨ? ਦੇਖੋ ਮੰਦਰ ਦੇ ਇੱਕ ਦੇ ਉਹ ਸ਼ਿਵਾਲੇ ਹੈਗਾ ਹਾਂਜੀ ਹਾਂਜੀ ਇੱਕ ਉਹ ਸਾਹਮਣੇ ਨਜ਼ਰ ਆ ਰਿਹਾ ਜਿਹੜਾ ਉਹ ਦੂਰ ਤੱਕ ਉਹ ਸਾਹਮਣੇ ਨਜ਼ਰ ਆ ਰਿਹਾ ਜਿਹੜਾ ਮੰਦਰ ਹਾਂ
ਇਹ ਵੀ ਕਾਫੀ ਪੁਰਾਣਾ ਬਣਿਆ ਮੰਦਰ ਇਹ ਪੌਕਾ ਬਣਨ ਤੋਂ ਪਹਿਲਾਂ ਦਾ ਸਨ 45 ਤੋਂ ਵੀ ਪਹਿਲਾਂ ਜੀ ਸਨ 45 ਤੋਂ ਪਹਿਲਾਂ ਦਾ ਠੀਕ ਠੀਕ ਇਹ ਜਿਹੜਾ ਸਲਾਹੀ ਮਸਜਿਦ ਦੇ ਕੋਲ ਇਹ ਵੀ ਬੜਾ ਪੁਰਾਣਾ ਮੰਦਰ ਹੈਗਾ ਕਿਹੜੀ ਜਗ੍ਹਾ ਸਨਾਰੀ ਮਸਜਿਦ ਨਹੀਂ ਹਾਂਜੀ ਹਾਂਜੀ ਲਾਮਾ ਅਕਬਾਰ ਰੋਡ ਦੇ ਲਾਮਾ ਅਕਬਾਰ ਰੋਡ ਨਹੀਂ ਹਾਂਜੀ ਬਿਲਕੁਲ ਉਹਦੇ ਅੱਗੇ ਅੱਡਾ ਪਸਰੂਰਿਆਂ ਤੋਂ ਉਰੇ ਚੜ੍ਹਦੀ ਸਾਈਡ ਨੂੰ ਗਲੀ ਜਾਂਦੀ ਹੈ ਉੱਥੇ ਮੰਦਰ ਹੈਗਾ ਉਹ ਵੀ ਆਪਣੇ ਪੁਰਾਣਾ ਹੈਗਾ ਅੱਛਾ ਅਤੇ ਇਹ ਡਰਮਾ ਵਾਲਾ ਚੌਂਕ ਜਿਹੜਾ ਇਹਦੀ ਥੋੜ੍ਹੀ ਜਿਹੀ ਤਾਰੀਖ ਦੱਸੋ ਇਹਦਾ ਨਾਂ ਕਿਸ ਤਰ੍ਹਾਂ ਪਿਆ ਡਰਮਾ ਵਾਲਾ ਚੌਂਕ ਡਰਮਾ ਵਾਲਾ ਚੌਂਕ ਜਿਹੜਾ ਇਹਨਾਂ ਐਸੇ ਤਰ੍ਹਾਂ ਡਰਮ ਚਮ ਕੋਈ ਨਹੀਂ ਜਿਸ ਨੂੰ ਭੇਜਦੇ ਜੋ ਬਾਤੀ ਹੁੰਦੀ ਕਹੀ ਹੈ ਜੀ ਜੀ ਜਦੋਂ ਇਹਨੇ ਅਰਜਨ ਸਟਰੀਟ ਦੇ ਵਿੱਚ ਮੇਰਾ ਵਾਲਦ ਕੰਮ ਕਰਦਾ ਸੀ ਟੈਂਸਾਂ ਦਾ ਮੈਂ ਰੋਟੀ ਲੈ ਕੇ ਜਾਂਦਾ ਹੁੰਦਾ ਹਾਂ ਜੀ ਜੀ ਐਸੇ ਤਰ੍ਹਾਂ ਹੀ ਸੀ ਜਾਂਦੇ ਰਹੇ ਚੌਂਕ 'ਚੋਂ ਲੰਘ ਕੇ ਜਦੋਂ ਟ੍ਰੈਫਿਕ ਜ਼ਿਆਦਾ ਹੋਈ ਇਹਨਾਂ ਨੇ ਕੀ ਕੀਤਾ ਚਾਰ 'ਚ ਫਿਰ ਡਰੰਮ ਰੱਖਦੇ ਤਾਂ ਕਿ ਜਿਹਨੇ ਜਾਣਾ ਚੱਕਰ ਲਾ ਕੇ ਇੱਧਰੋਂ ਦੇ ਆਉਂ ਜਾਣ ਇੱਧਰੋਂ ਦੇ ਸਰਕਲ ਬਣਾ ਛੱਡ ਕੇ ਆਪਣੇ ਰੂਲ ਦੇ ਮੁਤਾਬਕ ਜਾਣਾ ਨਾ ਟਰਨ ਲਓ ਤੁਸੀਂ ਸਾਰੇ ਉਦੋਂ ਦਾ ਇਹਦਾ ਨਾਂ ਪੈ ਗਿਆ ਡਰੰਮਾਂ ਦਾ ਚੌਂਕ ਡਰੰਮ ਸਨ ਅਤੇ ਉਦੋਂ ਜ਼ਿਆਦਾ ਸਵਾਰੀ ਟਾਂਗੇ ਚੱਲਦੀ ਹੋਣੀ ਟਾਂਗੇ ਚੱਲਦੇ ਸਨ ਪੈਦਲ ਚੱਲਦੇ ਕਾਰਾਂ ਮੇਰਾ ਹਾਲੇ ਕੁ ਤਿੰਨ ਕੁ ਚਾਰ ਕਾਰਾਂ ਸਨ ਇੱਕ ਗੁਲਾਮ ਕਦਰ ਵਾਲੇ ਕੋਲ ਸੀ ਇੱਕ ਮਹੀਰ ਯੂਨਸ ਕੋਲ ਸੀ ਉਦੋਂ ਹੋਰ ਮੈਂ ਤਿੰਨਾਂ ਚੌਂਕ ਕੋਲੋਂ ਹੋਣੀ ਹੈ ਅਤੇ ਮੋਟਰਸਾਈਕਲਾਂ ਵੀ ਹੈ ਚਾਰ ਪੰਜ ਦਸ ਹੋਣਗੀਆਂ ਜ਼ਿਆਦਾ ਜ਼ਿਆਦਾ ਚੋਣਵੇਂ ਬੰਦਿਆਂ ਕੋਲ ਸਾਈਕਲਾਂ ਜਾਂ ਟਾਂਗੀ ਟਾਂਗੀ ਸੀ ਟਾਂਗੇ ਜ਼ਿਆਦਾ ਚੱਲਦੇ ਹਨ ਦੋ ਨੇ ਦਿਓ ਅਤੇ ਛਾਉਣੀ ਚਲੇ ਜਾਓ ਉਹ ਇਸੇ ਤਰ੍ਹਾਂ ਹੀ ਜਿਉਂ ਜਿਉਂ ਵਾਧੀ ਹੁੰਦੀ ਗਈ ਜੀ ਡਰਮਾ ਵਾਲੇ ਚੌਂਕ ਦੇ ਨਾਲ ਤਾਂ ਅਸੀਂ ਸੁਣਦੇ ਆ ਰਹੇ ਸਾਂ ਸਾਨੂੰ ਪਤਾ ਨਹੀਂ ਸੀ ਇਹਦੀ ਤਾਰੀਖ ਦਾ ਅਤੇ ਅੱਜ ਬਜ਼ੁਰਗਾਂ ਨੇ ਸਾਡੇ ਨਾਲ ਵੀ ਸ਼ੇਅਰ ਕੀਤੀ ਕਿ ਡਰਮਾ ਵਾਲਾ ਚੌਂਕ ਕਿਉਂ ਨਾ ਪਿਆ ਜੀ ਠੀਕ ਅਤੇ ਇਹ ਜਿਹੜਾ ਇੱਕ ਡੂੰਘੇ ਬਾਗ ਮਸਜਿਦ ਸਾਡੇ ਜਿਹੜੇ ਕਿ ਮੀਨਾਰ ਪਿੱਛੇ ਬੈਕਗਰਾਊਂਡ 'ਤੇ ਨਜ਼ਰ ਆ ਰਿਹਾ ਇਹਦੀ ਤਾਰੀਖ ਬਾਰੇ ਥੋੜ੍ਹਾ ਦੱਸੋ ਇਹ ਪੁਰਾਣੀ ਮਸਜਿਦ ਹੈ ਵੀ ਕਿਆ ਇਹ ਬਾਅਦ ਵਿੱਚ ਬਣੀ ਇੱਥੇ ਬਾਗ ਹੁੰਦਾ ਸੀ ਜੀ ਇੱਥੇ ਜਿਹੜਾ ਇਹਨਾਂ ਕੀ ਨਾਂ ਅੱਲਾ ਮਾਲਕ ਹਾਂਜੀ ਅੱਲਾ ਮਾਲਕ ਰੈਸਟੋਰੈਂਟ ਜਿਹੜਾ ਡਰਮਾ ਨੀਵੀਂ ਜਗ੍ਹਾ ਹੁੰਦੀ ਸੀ ਇੱਧਰ ਜੀ ਇੱਥੇ ਨਿਹਾਰਚੰਦ ਸਟਰੀਟ ਹਿੰਦੂਆਂ ਦਾ ਇਲਾਕਾ ਸੀ ਨਿਹਾਰਚੰਦ ਸਟਰੀਟ ਆ ਸਾਈਕਲਾਂ ਵਾਲੀ ਗਲੀ ਜਿਹੜੀ ਹਾਂ ਜੀ ਇਹ ਲੈਣਾ ਬਹੁਤ ਸਾਈਡ ਦਾ ਸਾਰੇ ਹਿੰਦੂ ਹੁੰਦੇ ਸਨ ਜ਼ਿਆਦਾ ਅਲਾਟਮੈਂਟ ਕਰਕੇ ਚੰਦ ਹੋਣਗੇ ਮੁਸਲਮਾਨ ਹੀ ਆ ਕੋਈ ਵੀ ਜੀ ਜੀ ਵਾਟਰਵਰਕਸ ਨਵਾਂ ਇਲਾਕਾ ਹੈਗਾ ਵਾਟਰਵਰਕਸ ਹੀ ਚੰਦ ਘਰ ਹੈ ਸਨ ਜੀ ਜੀ ਲੇਕਿਨ ਜ਼ਿਆਦਾ ਮੁਸਲਮਾਨ ਸਨ ਹਿੰਦੂ ਬਹੁਤ ਘੱਟ ਸਨ ਜੀ ਜੀ ਅਤੇ ਇਹਦਾ ਨਾਮ ਸੀ ਸੱਤਾਂ ਵਾਲਾ ਖੂਹ ਸੱਤ ਖੂਹ ਵਾਟਰਵਰਕਸ ਦਾ ਨਾਮ ਸੱਤ ਖੂਹ ਸੱਤ ਖੂਹ ਹੁੰਦੇ ਸਨ ਜੀ ਅਤੇ ਬਾਅਦ ਵਿੱਚ ਇਹਦਾ ਨਾਂ ਪੈ ਗਿਆ ਵਾਟਰਵਰਕਸ ਮਾਲਾ ਅੱਛਾ ਤੁਸੀਂ ਇੱਕ ਗੱਲ ਕੀਤੀ ਸਟੇਸ਼ਨ ਦੀ ਰੇਲਵੇ ਸਟੇਸ਼ਨ ਜਿਹੜਾ ਸਾਡੇ ਕੋਲ ਹੈ ਇਸ ਟਾਈਮ ਅਤੇ ਇਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਅਗਾਹ ਕਰੋ ਇਹ ਜਗ੍ਹਾ ਕਿਹਦੀ ਸੀ ਕਿਸ ਤਰ੍ਹਾਂ ਆਈ ਕਿਸ ਤਰ੍ਹਾਂ ਸਟੇਸ਼ਨ ਬਣਿਆ ਦੇਖੋ ਜ਼ਰਾ ਥੋੜ੍ਹਾ ਸਭ ਚੀਜ਼ ਜ਼ਰਾ ਰੇਲਵੇ ਸਟੇਸ਼ਨ ਵਾਲੀ ਜਗ੍ਹਾ ਇਹ ਬਿਲਕੁਲ ਪਲੇਨ ਹੁੰਦੀ ਸੀ ਜੀ ਇਸ ਤਰ੍ਹਾਂ ਹੋਇਆ ਜਦੋਂ ਅੰਗਰੇਜ਼ਾਂ ਨੇ ਇਹਦੇ 'ਤੇ ਰੇਲਵੇ ਲਾਈਨ ਪਾਉਣੀ ਸੀ ਨਾ ਉਦੋਂ ਇਹਨਾਂ ਨੇ ਰਾਈਆਂ ਕੋਲੋਂ ਜਗ੍ਹਾ ਲਈ ਰਾਈਆਂ ਕੋਲ ਜਗ੍ਹਾ ਲਈ ਜਿਹਦੇ ਵਿੱਚ ਉਹਨਾਂ ਨੇ ਰੇਲਵੇ ਸਟੇਸ਼ਨ ਛੱਪੜ ਸੀ ਪੈਲੀਆਂ ਸਨ ਸਾਰੇ ਜੀ ਨਿਊਪੁਰ ਸੈਲਮੇ ਵਾਲੀ ਜਗ੍ਹਾ ਵੀ ਜਿਹੜੀ ਸੀ ਇਹ ਵੀ ਛੱਪੜ ਸੀ ਇੱਥੇ ਇੱਕ ਮਜ਼ਾਰ ਹੈਗਾ ਨਿਊਪੁਰ ਸੈਲਮੇ ਦੇ ਵਿੱਚ ਜੀ ਬੈਕ ਸਾਈਡ ਹਾਂਜੀ ਬਿਲਕੁਲ ਪੰਜਾਬ ਕਾਲਜ ਹਾਂ ਬਿਲਕੁਲ ਇਹ ਛੱਪੜ ਦੇ ਉੱਤੇ ਜਿਹੜਾ ਨਾ ਉਹਨਾਂ ਨੇ ਸੈਲਮਾ ਬਣਾ ਲਏ ਸਾਡੇ ਤਹਿਖਾਨਾ ਬਣਾਇਆ ਸੀ ਉਹਦੇ ਵਿੱਚ ਸਾਡੇ ਹੋਸ਼ ਦੇ ਵਿੱਚ ਗੰਦਮ ਰੱਖੀ ਜਾਂਦੀ ਸੀ ਜਦੋਂ ਸੰਨ 56-55 ਵਿੱਚ ਸਰਾਬ ਆਇਆ ਸੀ ਨਾ ਪਲੇਟਫਾਰਮ ਦੇ ਉੱਤੋਂ ਦੀ ਪਾਣੀ ਚੱਲ ਗਿਆ ਸੀ 56-57 ਜੀ 1956-57 ਜੀ ਫਿਰ ਉਹ ਕੀ ਕੀਤਾ ਨਾ ਗੌਰਮੈਂਟ ਨੇ ਡਾਇਰੈਕਟ ਸੈਲਮੇ ਦੇ ਕੋਲ ਗੋਦਾਮ ਬਣਾਏ ਜਦੋਂ ਗੋਦਾਮ ਬਣਾਏ ਉਦੋਂ ਇਹ ਬੂਚੜਖਾਨੇ ਤੋਂ ਲੈ ਕੇ ਨਾ ਡਾਇਰੈਕਟ ਸੈਲਮੇ ਤੱਕ ਸਾਰੀਆਂ ਪੈਲੀਆਂ ਹੁੰਦੀਆਂ ਸਨ ਜੀ ਜੀ ਰੇਲਵੇ ਰੋਡ ਦੇ ਚੰਦ ਘਰ ਜਨਾਹ ਪਾਰਕ ਪਾਕਰ ਹੁੰਦੇ ਸਨ ਉਹ ਵੀ ਕੋਈ ਤਵਾਲਖਾਨ ਦੇ ਘਰ ਪੰਜਰੀਆਂ ਦੇ ਘਰ ਹੁੰਦੇ ਸਨ ਜੀ ਜੀ ਉਹਦੇ ਬਾਅਦ ਅੱਗੇ ਚਲੇ ਜਾਓ ਜਨਾਹ ਪਾਰਕ ਦੇ ਕੋਲ ਉੱਥੇ ਬਾਗ ਹੁੰਦੇ ਸਨ ਜਨਾਹ ਪਾਰਕ ਦਾ ਨਾਂ ਅਸਲੀ ਨਾਂ ਹੈ ਕਾਂਗੜੇ ਪਾਰਕ ਜਨਾਹ ਪਾਰਕ ਦਾ ਕੀ ਨਾਂ ਹੈ ਕਾਂਗੜੇ ਪਾਰਕ ਕਾਂਗੜੇ ਪਾਰਕ ਜੀ ਬਾਅਦ ਵਿੱਚ ਜਦੋਂ ਤਕਰੀਰਾਂ ਹੋਈਆਂ
ਮੈਂ ਕਹਿੰਦਾ ਨੇ ਉੱਥੇ ਤਕਰੀਰ ਕੀਤੀ ਕਿ ਮੁਕਾ ਮੁਕਾ ਦਿਖਾਇਆ ਸਿਆਲਕੋਟ ਦੀ ਤਰੀਖ ਦਾ ਵਾਕਿਆ ਜੀ ਕਿ ਹਿੰਦੂ ਜਿਹੜੇ ਨਾ ਇੰਡੀਆ ਦੇ ਦਰਿਆ ਦਾ ਰੁੱਖ ਬਦਲ ਰਹੇ ਸੀ ਦਿਆਕਤਲ ਨੇ ਮੌਕਾ ਦਿਖਾਇਆ ਸੀ ਜੇਕਰ ਮੌਕਾ ਦਿਖਾਇਆ ਉਹਨਾਂ ਨੇ ਕੀ ਕੀਤਾ ਪਿੰਡੀ ਤਕਰੀਰ ਕਰਨੀ ਸੀ 16 ਅਕਤੂਬਰ ਮੰਗਲ ਨੂੰ ਵਾਹ ਜੀ ਵਾਹ ਉੱਥੇ ਜੇਕਰ ਬਰਾਦਰਾਨੇ ਸਲਾਮ ਦਿਆਕਤਲ ਜੀ ਨੇ ਜੇਕਰ ਕਿਹਾ ਨਾ ਅਤੇ ਮੁਖਾਲਫ ਪਾਰਟੀ ਨੇ ਉਹਨੂੰ ਗੋਲੀ ਦਾ ਮਾਰ ਦਿੱਤੀ ਸ਼ਹੀਦ ਕਰ ਛੱਡੇ ਜਿਹੜੇ ਦੂਸਰੇ ਸਨ ਉਹਨਾਂ ਨੇ ਅਗਲੇ ਨੂੰ ਸ਼ਹੀਦ ਕਰ ਮਾਰ ਛੱਡੇ ਅੱਜ ਤੱਕ ਖਾਨ ਲਿਆਕਤ ਅਲੀ ਦੇ ਕਾਤਲਾਂ ਦਾ ਨਹੀਂ ਫੜੇ ਗਏ ਜਾਂ ਕੋਈ ਬਿਲਕੁਲ ਬਿਲਕੁਲ ਇੰਝ ਬਾਤ ਕਿ ਬੈਕ ਸਾਈਡਾਂ ਜਿਹੜੀਆਂ ਨੇ ਸਾਡੇ ਪਾਕਿਸਤਾਨ ਦੇ ਵਿੱਚ ਬਾਹਰ ਦੀਆਂ ਘੁੰਮਦਾ ਨੇ ਉਹ ਤਕੜੀਆਂ ਨੇ ਪੈਸਾ ਦਈ ਹੁੰਦੀਆਂ ਨੇ ਪਾਕਿਸਤਾਨ ਨੂੰ ਕਮਜ਼ੋਰ ਕਰੀ ਆ ਰਹੀਆਂ ਨੇ ਭੁੱਟੋ ਦੇ ਮਿਲੀ ਭਗਤ ਸਾਰੀ ਹੈ ਭੁੱਟੋ ਦੇ ਵਕਤ ਦੇ 'ਚ ਵਨ ਯੂਨਿਟ ਉਹਨੇ ਤੋੜਿਆ ਨਾ ਜੈਕੜੀ ਜੀ ਜੀ ਮੁਲਕ ਦਾ ਉਸ ਦਿਨ ਦਾ ਬੇੜਾ ਗਰਕ ਰੋਣ ਗਏ ਉਹ ਕੀ ਇੱਕ ਰੁਪਏ ਦੀ ਕੀਮਤ ਘੱਟ ਕੀਤੀ ਇੱਕ ਨਜ਼ੀਮ ਨੂੰ ਛੱਡਿਆ ਦੂਸਰੇ ਨੰਬਰ ਦੇ ਉੱਤੇ ਗੌਰਮੈਂਟ ਦੀਆਂ ਤਨਖਾਹ ਵਧੀ ਪ੍ਰਾਈਵੇਟ ਦਾ ਬੇੜਾ ਗਰਕ ਆ ਗਿਆ ਮਾਲਕ ਮੁਲਾਜ਼ਮ ਦੀ ਲੜਾਈ ਕਰਾਈ 8 ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਹੁਣ ਕੋਈ ਵੀ ਬੰਦਾ ਮਕਾਨ ਬਣਾਉਂਦਾ ਉਹਨੂੰ ਕਹਿੰਦੇ ਨੇ ਇਹ ਦਿਹਾੜੀ ਲਾਉਣੀ ਹੈ ਉਹ ਰਾਜੜਾ ਹੁੰਦਾ ਉਹ ਸਵੇਰੇ 8 ਵਜੇ ਹੁੰਦਾ ਬਹਿ ਕੇ ਉਹ 1.5 ਘੰਟਾ ਉਹ ਲਾ ਛੜਾ ਸੀਮੈਂਟ ਬਣਾ ਪਾਣੀ ਲਾ ਜਾਂ ਕੋਈ 2 ਘੰਟੇ ਉਹਨੇ ਕੰਮ ਕਰਨਾ 12:15 ਹੱਥ ਧੋ ਕੇ ਲਾਉਂਦੇ ਹੁੰਦੇ ਨੇ ਰੋਟੀ ਖਾਂਦੇ ਉਹ 1.5 ਘੰਟਾ ਲੱਗ ਜਾਂਦਾ ਫਿਰ ਉਹਦੇ ਬਾਅਦ ਫਿਰ ਸੀਮੈਂਟ ਬਣਾਉਂਦੇ ਨੇ ਫਿਰ ਉਹ ਰਾਜੜੇ ਲਾਉਂਦੇ ਨੇ ਜੇਕਰ 4:15 ਹੋ ਲੈ 3:30 ਸ਼ਾਮ ਦੇ ਨੇ ਅਤੇ ਕਿੰਨਾ ਕੰਮ ਹੋਇਆ ਜੀ ਦਿਹਾੜੀ ਉਹਨਾਂ ਨੇ ਪੂਰੀ ਲੈ ਜਾਣੀ ਇਹ ਸਾਡੇ ਮੁਲਕ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਨੇ ਇਹ ਸਾਡੇ ਮੁਲਕ ਨੂੰ ਲੈ ਕੇ ਬਹਿ ਇੱਕ ਰਿਸ਼ਵਤ ਸਾਡੇ ਮੁਲਕ 'ਚ ਉਹ ਚਲੀ ਗਈ ਕਚਹਿਰੀ ਚਲੇ ਜਾਓਗੇ ਪੈਸੇ ਦੇ ਅਤੇ ਇਹ ਸਟੇਸ਼ਨ ਦੀ ਤੁਸੀਂ ਦੱਸਿਆ ਸੀ ਤੁਹਾਡੇ ਨਾਨਾ ਜਾਨ ਦੇ ਕੀ ਲੱਗਦੇ ਸਨ ਸਾਡੇ ਨਾਨਾ ਜਾਨ ਦੇ ਵੀ ਦਾਦੇ ਪੜਦਾਦੇ ਹੀ ਸਨ ਦਾਦੇ ਪੜਦਾਦੇ ਦਾਦਾ ਸੀ ਨਾਨਾ ਜਾਨ ਦਾ ਤੁਹਾਡਾ ਕੀ ਨਾਂ ਸੀ ਅਹਿਮਦੀਨ ਉਹਨਾਂ ਦੇ ਵਾਲਦ ਦਾ ਕੀ ਨਾਂ ਸੀ ਫਿਰ ਅੱਗੋਂ ਫਕੀਰ ਮਾਮਾ ਫਕੀਰ ਮਾਮਾ ਅਤੇ ਉਹਨਾਂ ਦਾ ਫਿਰ ਜਿਹੜਾ ਦਾਦਾ ਸਨ ਉਹ ਇਮਾਮਦੀਨ ਉਹਨਾਂ ਨੇ ਜਗ੍ਹਾ ਫਿਰ ਪ੍ਰੋਵਾਈਡ ਕੀਤੀ ਉਹਨਾਂ ਦੇ ਦਾਦਿਆਂ ਨੇ ਕੀਤੀ ਯਾਨੀ ਕਿ 5ਵੀਂ 6ਵੀਂ ਨਸਲ ਤੱਕ ਕੰਮ ਆ ਗਿਆ ਇਹ ਜਗ੍ਹਾ ਸਟੇਸ਼ਨ ਵਾਲੀ ਸਿਆਲਕੋਟ ਸਟੇਸ਼ਨ ਵਾਲੀ ਇਹ ਜ਼ਾਤੀ ਜਗ੍ਹਾ ਸੀ ਤੁਹਾਡੇ ਖਾਨਦਾਨ ਦੀ ਦੇਖੋ ਰਾਈਮ ਬਰਾਦਰੀ ਇਹ ਹੁਣ ਕਾਫੀ ਜਗ੍ਹਾ ਹੁੰਦੀ ਹੈ ਜਦੋਂ ਜ਼ਿਆਦਾ ਹੋ ਜਾਣਾ ਕੋਈ ਇੱਧਰ ਕੋਈ ਇੱਧਰ ਕੋਈ ਇੱਧਰ ਰੇੜਿਆਂ ਦਾ ਖੂਹ ਅਤੇ ਰੇੜਿਆਂ ਨਹੀਂ ਕਦੇ ਕਿਲ੍ਹੇ ਦੇ ਉੱਤੇ ਉਹਨਾਂ ਨੇ ਖੂਹ ਕੱਢਿਆ ਸੀ ਜਾਂ ਕਈ ਉਹ ਚਲਾਇਆ ਸੀ ਅਤੇ ਉਹਦੇ ਨਾਂ ਅੱਲ ਪੈ ਗਏ ਸੀ ਰੇੜੇ ਹਾਂਜੀ ਮੁਹੰਮਦਪੁਰ ਸਾਡੀ ਕਾਫੀ ਜਗ੍ਹਾ ਹੈਗੀ ਹੈ 8 ਮਾਮੇ ਦਾ ਮੁੰਡੇ ਹੈਗੇ ਨੇ ਜੀ ਜੀ ਨਾਨੇ ਸਾਡੇ ਦਾ ਇੱਕੋ ਹੀ ਮੁੰਡਾ ਸੀ ਉਹਦੇ 8 ਮੁੰਡੇ ਹੈਗੇ ਨੇ ਮਾਸ਼ਾ ਅੱਲਾ ਇਹ ਚੀਜ਼ਾਂ ਹੁੰਦੀਆਂ ਨੇ ਕਿ ਇੱਥੇ ਇੱਕ ਸਾਡੇ ਆ ਸਰਦਾਰ ਜੀ ਨੇ ਇਹ ਵੀ ਕਾਫੀ ਪੁਰਾਣੇ ਨੇ ਇਹ ਪਾਕਿਸਤਾਨ ਬਣਨ ਤੋਂ ਪਹਿਲਾਂ ਸ਼ੁਰੂ ਤੋਂ ਹੀ ਇੱਥੇ ਇੱਥੇ ਰਹਿ ਰਹੇ ਨੇ ਅਤੇ ਕੀ ਨਾਂ ਇਹਨਾਂ ਦਾ ਨਾਂ ਹੈ ਪਤਾ ਤੁਹਾਨੂੰ ਨਾਂ ਦਾ ਨਹੀਂ ਪਤਾ ਹੈਗਾ ਪੱਛੇ ਨੇ ਪੱਛੇ ਨੇ ਖੁਰਾਕ ਵਾਲੇ ਨੇ ਹਾਂ ਮਾਸ਼ਾ ਅੱਲਾ ਕਾਫੀ ਜਾਇਦਾਦ ਪ੍ਰਾਪਰਟੀ ਇਹਨਾਂ ਦੇ ਇੱਥੇ ਦੇ ਵੇਚਣੀ ਕੋਈ ਹੈ ਕੋਈ ਇੱਥੇ ਤਾਂ ਜ਼ਿਆਦਾਤਰ ਸਪੋਰਟ ਦਾ ਕੰਮ ਚੱਲਦਾ ਪਾਕਿਸਤਾਨ ਬਣਨ ਤੋਂ ਪਹਿਲਾਂ ਟੈਨਿਸ ਹਾਕੀ ਫੁੱਟਬਾਲ ਸਰਜੀਕਲ ਦਾ ਕੰਮ ਅੱਛਾ ਉਦੋਂ ਵੀ ਆਇਆ ਸੀ ਦੁਨੀਆ ਦੇ ਵਿੱਚ ਸਪਲਾਈ ਹੁੰਦਾ ਸੀ ਸਿਆਲਕੋਟ ਇੰਡੀਆ ਨੂੰ ਸੋਨੇ ਦੀ ਚਿੜੀਆ ਖਵਾਇਆ ਜਾਂਦਾ ਸੀ ਸਿਆਲਕੋਟ ਇੰਡੀਆ ਦਾ ਸੋਨੇ ਦੀ ਚਿੜੀਆ ਖਵਾਇਆ ਜਾਂਦਾ ਸੀ ਸਿਆਲਕੋਟ ਦਾ ਪੂਰੀ ਦੁਨੀਆ ਦੇ ਵਿੱਚ ਸਰਜੀਕਲ ਦਾ ਫੁੱਟਬਾਲ ਗੇਮਾਂ ਦਾ ਮਾਲ ਸਪੋਰਟਸ ਦੇ ਰਿਲੇਟਡ ਜਿੰਨਾ ਵੀ ਸਮਾਨ ਬਣਦੇ ਨੇ ਸਿਆਲਕੋਟ ਸ਼ਹਿਨਸ਼ਾਹ ਇਹਨਾਂ ਚੀਜ਼ਾਂ ਦਾ ਹਾਕੀ ਬਣਦੇ ਸੀ ਬੈਂਤ ਦੀ ਜਿਹਨੂੰ ਇੰਝ ਕਰ ਲਿਖਾਇਆ ਜਾਂਦਾ ਸੀ ਵਾਹ ਜੀ ਵਾਹ ਉਹ ਬਰਮਾ ਤੋਂ ਹੁੰਦਾ ਬੈਂਤ ਬਰਮਾ ਤੋਂ ਉਹਦੇ ਨਾਲ ਹਾਕੀ ਜਿਹੜੀ ਟੁੱਟਦੀ ਨਹੀਂ ਨਾਲ ਲਿਖ ਜਾਂਦੀ ਸੀ ਦੁਨੀਆ ਤਾਂ ਮੰਨੀ ਹੋਈ ਹਾਕੀ ਸੀ
ਬੈਗ ਵੀ ਉਹ ਕਿੱਥੇ ਤਿਆਰ ਹੁੰਦੀ ਸੀ ਸਿਆਲਕੋਟ ਕਿਹੜੀ ਜਗ੍ਹਾ ਕਰੀਮਪੁਰੇ ਹੁੰਦੀ ਸੀ ਉਹ ਕਿਹਦੀ ਫੈਕਟਰੀ ਸੀ ਅਲੀ ਮੁਹੰਮਦ ਦੀ ਅਲੀ ਮੁਹੰਮਦ ਮੁਸਲਮਾਨ ਸੀ ਉਹ ਮੁਸਲਮਾਨ ਇਹ ਲਾਲ ਦਿਨ ਬੈਟਾਂ ਵਾਲਾ ਸੀ ਇੱਥੇ ਜਿਹੜਾ ਬਰਨਾ ਸਪੋਰਟ ਸੀ ਉਹ ਬੈਟ ਬਣਾਉਂਦਾ ਸੀ ਫੁੱਟਬਾਲ ਬਣਾਉਂਦੇ ਕਮਰ ਸ਼ਾਹ ਅਤੇ ਕੋਈ ਖੱਤਰੀ ਦੀ ਦੁਕਾਨ ਵੀ ਹੈ ਸੀ ਇੱਥੇ ਖੱਤਰੀ ਕਿਸੇ ਦੁਕਾਨ ਹੈ ਸੀ ਖੱਤਰੀ ਦੇ ਉਹ ਬਣੀਆਂ ਵਾ ਨਾ ਕਣਾ ਮੰਡੀ ਦੇ ਵਿੱਚ ਇੱਧਰ ਉੱਧਰ ਇੱਕ ਪ੍ਰੀਤਮ ਹੁੰਦਾ ਸੀ ਪ੍ਰੀਤਮ ਗੁੱਡੀਆਂ ਬਣਾਉਂਦਾ ਹੁੰਦਾ ਸੀ ਵਾਹ ਜੀ ਵਾਹ ਪ੍ਰੀਤਮ ਇਹ ਕਿਹੜੇ ਮਹੱਲੇ ਦੇ ਸਨ ਪ੍ਰੀਤਮ ਸਿੰਘ ਦੋਦਰ ਵਾਲੇ ਮਸਜਿਦ ਦੇ ਸਾਹਮਣੇ ਦੋਦਰ ਵਾਲੇ ਦੁਕਾਨਾਂ ਨਾ ਜਿਹੜੀਆਂ ਉਹਦੇ ਗੇਟ ਦੇ ਸਾਹਮਣੇ ਦੁਕਾਨ ਹੁੰਦੀ ਸੀ ਪ੍ਰੀਤਮ ਦੀ ਪ੍ਰੀਤਮ ਸਿੰਘ ਦੀ ਦੁਕਾਨ ਗੁੱਡੀਆਂ ਬਣਾਉਂਦੇ ਸਨ ਗੁੱਡੀਆਂ ਉਦੋਂ ਵੀ ਹਨ ਹੈ ਗੁੱਡੀਆਂ ਦੇਸ਼ ਮਾਰ ਚੜ੍ਹੀ ਜੀ ਠੀਕ ਹੋ ਗਿਆ ਪਾਰਕ ਦੁਸਹਿਰਾ ਲੱਗਦਾ ਹੁੰਦਾ ਸੀ ਉਹ ਕੀ ਕਰਦੇ ਆ ਬੁੱਤ ਬਣਾ ਕੇ ਅੱਗ ਲਾ ਕੇ ਪਟਾਕੇ ਪਟੂਕੇ ਚਲਾਉਣੇ ਛਪਰਾਤ ਅਤੇ ਦੁਸਹਿਰਾ ਇਕੱਠਾ ਆ ਗਿਆ ਦੁਸਹਿਰਾ ਛਪਰਾਤ ਅਤੇ ਦੁਸਹਿਰਾ ਇਹ ਪ੍ਰੀਤਮ ਸਿੰਘ ਜਾਣੀ ਕਿ ਬਣਾਉਂਦਾ ਸੀ ਉਹ ਨਹੀਂ ਹੈ ਸਾਰੇ ਹਿੰਦੂ ਰਲ ਕੇ ਸਾਰੇ ਹਿੰਦੂ ਹੋਰ ਕਿਸੇ ਹਿੰਦੂ ਨਾਂ ਯਾਦ ਹੈ ਜਿਹੜਾ ਕੋਈ ਉਦੋਂ ਸਿਰ ਕੱਢਵਾਂ ਸੀ ਜਿਹੜਾ ਜਿਹਦਾ ਬੜਾ ਕਾਰੋਬਾਰ ਸੀ ਜਿਸ ਤਰ੍ਹਾਂ ਤੁਹਾਨੂੰ ਨਾਂ ਰੱਖਿਆ ਯਾਦ ਰੱਖਿਆ ਪ੍ਰੀਤਮ ਸਿੰਘ ਗੁੱਡੀਆਂ ਬਣਾਉਂਦਾ ਸੀ ਇਹ ਓਬੇ ਰਾਜ ਜਿਹੜਾ ਨਾ ਹਾਂਜੀ ਓਬੇ ਰਾਜ ਓਬੇ ਰਾਜ ਉਹ ਫਿਰ ਆਏ ਇਹ ਜਿਹੜਾ ਫਾਟਕ ਦੇ ਨਾਲ ਇੱਧਰ ਫੈਕਟਰੀ ਹੈ ਫੈਕਟਰੀ ਹੈ ਜਿਹੜੀ ਆਪਣੇ ਟੈਲੀਫੋਨ ਦੇ ਦਫ਼ਤਰ ਤੱਕ ਇਹ ਹਿੰਦੂ ਦੀ ਪ੍ਰੋਪਰਟੀ ਇਹ ਫਾਟਕ ਪਾਰ ਕਰਕੇ ਕਿਤੇ ਕਚਹਿਰੀ ਰੋਡ ਨਿਕਲ ਜਾਂਦਾ ਨਾ ਇੱਕ ਪੈਰਸ ਰੋਡ ਹੈ ਕਚਹਿਰੀ ਰੋਡ ਅਤੇ ਇੱਧਰ ਵੀ ਆਪਣੇ ਪੈਰਸ ਰੋਡ ਅੱਛਾ ਪੈਰਸ ਰੋਡ 'ਤੇ ਪੈਰਸ ਰੋਡ 'ਤੇ ਜਾਂਦਿਆਂ ਖੱਬਿਆ ਇੱਥੇ ਇੱਕ ਬਹੁਤ ਵੱਡਾ ਪੁਰਾਣਾ ਜਿਹਾ ਜਿਹੜਾ ਨਾ ਮਹੱਲ ਟਾਈਪ ਹੈ ਉਹ ਕੀ ਸੀ ਚੀਜ਼ ਉਹ ਦੇਖੋ ਇਹ ਜਾਂਦੇ ਆ ਨਾ ਐਸਏਆਰ ਸੀ ਜੀ ਅੱਗੇ ਜਿਹੜਾ ਤਾਰ ਘਰ ਨਹੀਂ ਟੈਲੀਫੋਨ ਦਫ਼ਤਰ ਹਾਂਜੀ ਹਾਂਜੀ ਇਹ ਸਾਰੀ ਓਬੇ ਰਾਜ ਦੀ ਮਲਕੀ ਆ ਪ੍ਰਾਪਰਟੀ ਸੀ ਸਾਰੀ ਉਹਨਾਂ ਦੀ ਇੱਥੇ ਕੰਮ ਸ਼ਮ ਕਰਵਾਉਂਦੇ ਸਨ ਹੋਰ ਆਕੀਆਂ ਦਾ ਟਾਈਮ ਸਦਾ ਜੋ ਵੀ ਹੁੰਦਾ ਸੀ ਓਬੇ ਰਾਜ ਉਹ ਚਲੇ ਗਏ ਮਗਰ ਆ ਗਏ ਰਹਿ ਗਏ ਖਾਜਾ ਹਾਕਮ ਦੇ ਜੀ ਖਾਜਾ ਹਾਕਮ ਦੇ ਫਿਰ ਉਹ ਕਰਦਾ ਇੱਧਰ ਦੇ ਵੀ ਅਤੇ ਇੱਧਰ ਦੇ ਵੀ ਵਾਹਵਾ ਸੀ ਇਹ ਬਿਲਡਿੰਗ ਕਚਹਿਰੀ ਜਾਂਦਿਆਂ ਤਾਜ ਹੋਟਲ ਹੈ ਜਿਹੜਾ ਉਹਦੇ ਸਾਹਮਣੇ ਇੱਕ ਪੁਰਾਣੀ ਬਿਲਡਿੰਗ ਹੈ ਉੱਥੇ ਕੋਈ ਕਾਰੋਬਾਰ ਹੁੰਦਾ ਸੀ ਹਿੰਦੂਆਂ ਦਾ ਸੀ ਉੱਥੇ ਕੋਈ ਕੰਮ ਸ਼ਮ ਹੁੰਦਾ ਸੀ ਕੋਈ ਟੈਂਟਸ ਵਗੈਰਾ ਬਸ ਉਹ ਹੁੰਦਾ ਸੀ ਕੋਈ ਫੈਕਟਰੀ ਕੋਈ ਪੁਰਾਣੀ ਸਾਡਾ ਆਮਜਨ ਘੱਟ ਹੀ ਸੀ ਹਾਂਜੀ ਹਾਂਜੀ ਇੱਕ ਉਹ ਇੱਥੇ ਕੁਰਾਂ ਜਿਹੜਾ ਜਿਹੜਾ ਦਫ਼ਤਰ ਹੈ ਬਿਹਾਰ ਦਾ ਮਿਸ਼ਨ ਹਸਪਤਾਲ ਦੇ ਸਾਹਮਣੇ ਗਲੀ ਉਹ ਜਿਹੜੇ ਕਚਹਿਰੀ ਨੂੰ ਜਾਂਦੇ ਜੀ ਜੀ ਉੱਪਰਲੇ ਕੋਨੇ ਦੇ ਉੱਤੇ ਬਾਲਾ ਪਹਿਲੀ ਪਾਰ ਹੁੰਦਾ ਸੀ ਉਹ ਦਵਾਈਆਂ ਛੁਆਈਆਂ ਦਿੰਦਾ ਸੀ ਜੀ ਜੀ ਪੂਰੀ ਪੁਰਾਣੀ ਬਿਲਡਿੰਗ ਇਹ ਜਿਹੜਾ ਬਾਜ਼ਾਰ ਹੈ ਲਹਾਈ ਬਾਜ਼ਾਰ ਦੇ ਨਾਂ ਦੇ ਮਸ਼ਹੂਰ ਇਹ ਕਿਹਦੇ ਨਾਂ 'ਤੇ ਹੈ ਬਾਜ਼ਾਰ ਲਹਾਈ ਲਹਾਈ ਬਾਜ਼ਾਰ ਅਸੀਂ ਸੁਣਦੇ ਆਏ ਇਹਦਾ ਨਾਂ ਲਹਾਈ ਬਾਜ਼ਾਰ ਕਿ ਯਾਨੀ ਕਿ ਚੜ੍ਹਾਈ ਦੇ ਉੱਤੇ ਅਸੀਂ ਇਹਦਾ ਨਾਂ ਇਸੇ ਤਰ੍ਹਾਂ ਹੀ ਸੁਣਦੇ ਆਏ ਇੱਕ ਜੰਦਰ ਬਾਜ਼ਾਰ ਹੈ ਪੁਰਾਣਾ ਨਾਂ ਯਾਨੀ ਕਿ ਤੁਹਾਡੀ ਹੋਸ਼ ਤੋਂ ਜਾਣਾ ਪਹਿਲਾਂ ਜਾਂਦਾ ਹੈ ਇਹ ਵੀ ਪੁਰਾਣਾ ਹੈ ਇਹ ਕਸ਼ਮੀਰੀ ਮਹੱਲਾ ਹੈ ਮੁਸਲਮਾਨ ਦਾ ਇਹ ਦੂਸਰੀ ਸਾਈਡ ਦੇ ਹਿੰਦੂ ਜ਼ਿਆਦਾ ਰਹਿੰਦੇ ਸਨ ਜੀ ਜੀ ਇਹ ਲਾ ਇਹ ਮੁਸਲਮਾਨਾਂ ਦਾ ਇਲਾਕਾ ਹੋ ਗਿਆ ਪਰਲਾ ਹਿੰਦੂਆਂ ਦਾ ਹੋ ਗਿਆ ਇਹ ਹਿਸਾਬ ਹੁੰਦਾ ਸੀ ਅਤੇ ਜਦੋਂ ਇਹ 47 ਦਾ ਦੌਰ ਆਇਆ ਅਤੇ ਇੱਥੇ ਕਿੰਨੀ ਕੁ ਆਬਾਦੀ ਸੀ ਤਕਰੀਬਨ ਉਸ ਟਾਈਮ ਜਿਹੜੇ ਰਹਿ ਰਹੇ ਸਨ ਸਿੱਖ ਹਿੰਦੂ ਮੁਸਲਮਾਨ ਈਸਾਈ ਸਾਰੇ ਦੇਖੋ ਉਹ ਚੀਜ਼ ਹੈਗੀ ਹੈ ਕਿ ਜਿਹੜੇ ਇਲਾਕੇ ਬਣੇ ਦੇ ਨਾ ਇਹ ਵਜ਼ੀਰਪੁਰਾ ਸੀ ਵਜ਼ੀਰਪੁਰੇ ਦੇ ਦਾਣੇ ਭਾਈਆਂ ਤੋਂ ਪਰੇ ਜੀ ਜੀ ਇਹ ਨਵੀਆਂ ਆਬਾਦੀਆਂ ਹੈਗੀਆਂ ਨੇ ਮੁਬਾਰਕਪੁਰਾ ਨਵੀਂ ਆਬਾਦੀ ਹੈ ਛਾਬੀ ਨਵੀਂ ਆਬਾਦੀ ਹੈ ਇਹ ਮਾਮ ਸਾਹਿਬ ਦੇ ਪਰੇ ਜਿੰਨੇ ਇਲਾਕੇ ਹੈਗੇ ਨੇ ਸਾਰੇ ਨਵੇਂ ਹੈਗੇ ਨੇ ਇੱਥੇ ਕੋਈ ਮੇਲਾ ਸ਼ੇਲਾ ਲੱਗਦਾ ਸੀ ਉਦੋਂ 47 ਵੇਲੇ ਇੱਥੇ ਲੱਗਦਾ ਦਿੱਤੇ ਛਾਈਆਂ ਦਾ ਮੇਲਾ ਲੱਗਦਾ ਜੀ ਦਿੱਤੇ ਛਾਈਆਂ ਦਾ ਮੇਲਾ ਲੱਗਦਾ ਸੀ ਰਾਮਤਲਾ ਹੀ ਨਹੀਂ ਗੁਣਗਣੇ ਸ਼ਾਹ ਹਾਂ ਦਿੱਤੇ ਛਾਈਆਂ ਬਿਲਕੁਲ ਮੇਲਾ ਲੱਗਦਾ ਹੁੰਦਾ ਸੀ ਉਦੋਂ ਦਾ ਪੁਰਾਣਾ ਮੇਲਾ ਹੈ ਵਿਸਾਖੀ ਦਾ ਮੇਲਾ ਉੱਥੇ ਲੱਗਦਾ ਬਾਬੇ ਵਾਰੀ ਭਾਗੋਵਾ ਰੋਡ 'ਤੇ ਹਾਂਜੀ ਹਾਂਜੀ ਸਕੂਲ ਨੇ ਹਾਂਜੀ ਬਿਲਕੁਲ ਉਸ ਤੋਂ ਅੱਗੇ ਜਾ ਕੇ ਨਾ ਅਤੇ ਸੱਜੇ ਹੱਥ ਗਲੀ ਜਾਂਦੀ ਹੈ ਉੱਥੇ ਗੁਰਦੁਆਰਾ ਨਾ ਸਿੱਖ ਹਾਂਜੀ ਹਾਂਜੀ ਬਿਲਕੁਲ ਗਏ ਅਸੀਂ ਉੱਥੇ ਬਾਬੇ ਬੇਰੀ ਪੂਰਾ ਜਿਹੜਾ ਨਾ ਪੁਲ ਤੱਕ ਸਕੂਲ ਤੱਕ ਮੇਲੇ ਵਾਲਾ ਜਗ੍ਹਾ ਜਗ੍ਹਾ ਲੱਗਾ ਕਬੱਡੀ ਛਬੱਡੀ ਵੀ ਇੱਥੇ ਹੁੰਦੀ ਸੀ ਕੋਈ ਕੋਲ ਕਬੱਡੀ ਬਣੀ ਹੁੰਦੀ ਸੀ ਸ਼ੇਖ ਮੁੱਲਾ ਤਲਾਅ ਦੇ ਵਿੱਚ ਸ਼ੇਖ ਮੁੱਲਾ ਤਲਾਅ ਇਹ ਮੁਸਲਮਾਨ ਨੇ ਬਣਾਇਆ ਸੀ ਕੀ ਨਾਂ ਸੀ ਉਹਦਾ ਸ਼ੇਖ ਮੁੱਲਾ ਤਲਾਅ ਮੁੱਲਾ ਬਖਸ਼ੀ ਉਹਨੇ ਬਣਾਇਆ ਉਹ ਚੰਦਾ ਸੀ ਪਾਕਿਸਤਾਨ ਦਾ ਸੀ ਉਹ ਪਾਕਿਸਤਾਨ ਬਣਨ ਤੋਂ ਪਹਿਲਾਂ ਦਾ ਬਣਿਆ ਪੁਰਾਣਾ ਹੈ ਉਹ ਹਾਂ
ਸ਼ੇਖ ਸਨ ਉਹ ਤੇ ਕਿਹੜਾ ਸੀ ਉਦੋਂ ਸਿਰਕਟਵਾ ਪਹਿਲਵਾਨ ਜਿਹੜਾ ਜਿਹਦਾ ਬੜਾ ਨਾਂ ਸੀ ਝੋਟੀ ਦਾ ਕਿਹੜਾ ਸੀ ਪਹਿਲਵਾਨ ਡੂੰਗਾ ਪਹਿਲਵਾਨ ਸਿਆਲਕੋਟ ਹਾਂਜੀ ਇਹ ਜਹਾਰਾ ਪਿੰਡ ਦਾ ਸੀ ਉਹ ਹਾਂਜੀ ਜਿਹੜਾ ਇੱਥੋਂ ਇਹ ਗੂੰਗੇ ਕੜਾਹੀਆਂ ਵਾਲੇ ਨੇ ਹਾਂਜੀ ਚੌਂਕ ਵਾਲੇ ਇਹਨਾਂ ਦਾ ਸੀ ਡੂੰਗਾ ਪਹਿਲਵਾਨ ਬਾਕੀ ਤਾਂ ਲਾਹੌਰ ਦੇ ਸਮੇਂ ਫਲਾਣਾ ਸੂਰ ਦਾ ਨਾਂ ਯਾਦ ਹੈ ਉਹ ਦੇਖੋ ਇਹ ਲਾਹੌਰ ਦੇ ਜ਼ਿਆਦਾ ਰਸਮੈਂ ਭੋਲੋ ਹੋ ਗਿਆ ਇਹ ਜਿਹੜਾ ਇਹ ਜਿੱਥੇ ਅਸੀਂ ਬੈਠੇ ਹਾਂ ਨਾਲ ਨਿਕਲਦਾ ਮੁਜਾਹਦ ਰੋਡ ਲਿੰਬੇ ਵਾਲੀ ਸਾਈਡ ਨੂੰ ਇਹ ਵੀ ਪੁਰਾਣਾ ਨਾਂ ਹੈ ਜਾਂ ਬਾਅਦ 'ਚੋਂ ਇਹਦਾ ਨਾਂ ਪਿਆ ਇਹ ਮੁਜਾਹਦ ਰੋਡ ਬਾਅਦ ਵਿੱਚ ਬਣਿਆ ਪਹਿਲੋਂ ਸੜਕ ਦੇ ਵਿਚਕਾਰ ਨਾਲਾ ਹੁੰਦਾ ਸੀ ਇੱਥੇ ਦਸ ਫੁੱਟ ਦਾ ਨਾਲਾ ਹੁੰਦਾ ਸੀ ਜਿੰਨਾ ਪਾਣੀ ਹੁੰਦਾ ਸੀ ਸਾਰਾ ਨਿਕਲ ਜਾਂਦਾ ਸੀ ਜਦੋਂ ਦਾ ਬਿਲਕੁਲ ਬੰਦ ਕਰ ਛੱਡਿਆ ਤਾਂ ਜੀ ਜੀ ਉਦੋਂ ਦਾ ਪਾਣੀ ਕਿਸੇ ਪਾਸੇ ਨਿਕਲ ਲੈਂਦੇ ਹਰ ਪਾਸੇ ਦੇਖੋ ਪਾਣੀ ਹਰ ਪਾਸੇ ਦੇਖੋ ਪਾਣੀ ਉਹ ਨਾਲੀਆਂ ਸਫਾਈ ਹੋਏ ਤਾਂ ਫਿਰ ਨਾ ਇਹ ਲਾਹੌਰੀ ਦੁਕਾਨ ਦੇ ਕੋਲੋਂ 12-13 ਫੁੱਟ ਖੁਦਾਈ ਕਰਕੇ ਪੈਪ ਪਾਉਣਾ ਸੀ ਪਾਣੀ ਦਾ ਜੇ ਕਿ ਪਾਣੀ ਦਾ ਪੈਪ ਪਾਇਆ ਖੁਦਾਈ ਕਰਦੇ ਨੇ ਪੈ ਵਿੱਚੋਂ ਇਨਸਾਨੀ ਹੱਡੀਆਂ ਨਿਕਲੀਆਂ ਇਨਸਾਨੀ ਹੱਡੀਆਂ ਨਿਕਲੀਆਂ ਵਿੱਚੋਂ ਖੁਦਾਈ ਕਰਦੇ ਆ ਫਿਰ ਉਹਨਾਂ ਨੇ ਕੀ ਕੀਤਾ ਉਹਨੂੰ ਉੱਥੇ ਰੱਖ ਛੱਡਿਆ ਪੈਪ ਪਾ ਕੇ ਉਹਨੂੰ ਬੰਦ ਕਰਕੇ ਅਗਾਂ ਲੈ ਕੇ ਇਹ ਜਿੰਨਾ ਵੀ ਨਾ ਸਿਆਲਕੋਟ ਦਾ ਇਲਾਕਾ ਕਿਹੜੇ ਦੇ ਇਰਦ ਗਿਰਦ ਇਹ ਸਾਰਾ ਕਬਰਸਤਾਨ ਸਾਰੇ ਕਬਰਸਤਾਨ ਸੀ ਇਹ ਕੋਈ ਘਰ ਐਸਾ ਨਹੀਂ ਜੀ ਜੀ ਇਹ ਬਸ ਸਾਰਾ ਬਾਜ਼ਾਰ ਹੋ ਗਿਆ ਕਟੀਕਾਂ ਦਾ ਬਾਜ਼ਾਰ ਹੋ ਗਿਆ ਧਾਰੋਵਾਲ ਹੋ ਗਿਆ ਕੈਦਰ ਹੋ ਗਿਆ ਚਾਰ ਘਰ ਛੱਡੋ ਉੱਥੇ ਮਜ਼ਾਰ ਚਾਰ ਘਰ ਛੱਡੋ ਉੱਥੇ ਮਜ਼ਾਰ ਅਤੇ ਜਦੋਂ 47 ਦੀ ਵੰਡ ਹੋਈ ਤਾਂ ਕਿਸ ਤਰ੍ਹਾਂ ਪਤਾ ਲੱਗਿਆ ਇੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਵੀ ਅਸਾਂ ਹੁਣ ਇੱਥੇ ਨਹੀਂ ਰਹਿਣਾ ਹੈ ਸਾਨੂੰ ਆਪਣਾ ਇਹ ਵਤਨ ਛੱਡਣਾ ਪੈਣਾ ਅਸੀਂ ਜਾ ਰਹੇ ਹਾਂ ਉੱਧਰ ਉਹ ਜਿਹੜੇ ਨਾ 1947 ਦੇ ਵਿੱਚ ਜਦੋਂ ਇਲੈਕਸ਼ਨ ਹੋਇਆ ਨਾ ਜੀ ਗੌਰਮੈਂਟ ਸਕੂਲ ਦਾ ਮਰੇ ਕਾਲਜ ਦੀ ਦੀਵਾਰ ਦੇ ਕੋਲ ਉੱਥੇ ਇਲੈਕਸ਼ਨ ਹੋਇਆ ਜੀ ਜੀ ਅਸੀਂ ਵੀ ਉੱਥੇ ਫਿਰਦੇ ਉੱਧਰ ਜੇ ਕਦੀ 5 ਵਜੇ ਦਾ ਟਾਈਮ ਹੋਇਆ ਮਗਰ ਆਪਣਾ ਪਹਿਲਾਂ ਹੀ ਬੰਦ ਕਰ ਛੱਡਿਆ ਗਿਣਤੀ ਹੋਈ ਜੀ ਕਾਂਗਰਸ ਜਿੱਤ ਗਈ ਹੈ ਕਾਂਗਰਸ ਜਿੱਤ ਗਈ ਪਾਕਿਸਤਾਨ ਜਿੱਤ ਗਈ ਹੈ ਮਜਲਿਸ ਸਰਹਾਰ ਵੀ ਰਹਿ ਗਈ ਹੈ ਖਾਕਸਰ ਵੀ ਰਹਿ ਗਈ ਹੈ ਹੋਰ ਜਿਹੜੀਆਂ ਜਮਾਤਾਂ ਹਿੰਦੂਆਂ ਦੀ ਜਿਹੜੀ ਕਾਂਗਰਸ ਸੀ ਉਹ ਸੀ ਫਿਰ ਸਾਲ ਬਾਅਦ ਪਤਾ ਲੱਗਾ ਜੀ ਅਨਾਊਂਸ ਕਰਦੇ ਤੇ ਇਹ ਪਾਕਿਸਤਾਨ ਹੋ ਗਿਆ ਕਸ਼ਮੀਰ ਰਹਿ ਗਿਆ ਜਿਸ ਕਿਹੜੀ ਕਸ਼ਮੀਰ ਹੈ ਜਿਹੜੀ ਡਲਵਾਲੀ ਹਾਂਜੀ ਹਿੰਦੂ ਗਏ ਨੇ ਸਿੱਖ ਗਏ ਨੇ ਡਲਵਾਲੀ ਡਲਵਾਲੀ ਦੇ ਟ੍ਰੇਨ ਸੀ ਜਿਹੜੀ ਜਿਹੜੀ ਉੱਥੇ ਕਤਲੋਕਾਰ ਹੋਈ ਜਾਂ ਕੋਈ ਹੋਇਆ ਉਹ ਬੜਾ ਮਸ਼ਹੂਰ ਵਾਕਿਆ ਹੈਗਾ ਸੁਣਾਓ ਸੁਣਾਓ ਉਹ ਅਫਸਰਾਂ ਸੀ ਕਿ ਮੁਸਲਮਾਨਾਂ ਨੇ ਉਹਨਾਂ ਸਿੱਖਾਂ ਨੂੰ ਹਿੰਦੂਆਂ ਨੂੰ ਮਾਰਿਆ ਮੋਰਿਆ ਹਾਂਜੀ ਉਹ ਚਲੇ ਗਏ ਉਹਦੇ ਬਾਅਦ ਉਹਦੀ ਸੁਲਤਾਨੇ ਡਾਕੂ ਦੀ ਫਿਲਮ ਵੀ ਬਣੀ ਹੋਈ ਹੈ ਜੀ ਉਹ ਅਫਸਰਾਂ ਕਰਕੇ ਕਿ ਉਹ ਇਲਾਕੇ ਜਿਹੜਾ ਜਿਸ ਇਲਾਕੇ ਦੇ ਵਿੱਚ ਲੈਣ ਹੈ ਨਾ ਉਸ ਇਲਾਕੇ ਦੇ ਵਿੱਚ ਹੁਣ ਮਕਾਨ ਬਣ ਗਏ ਹਾਂਜੀ ਬਿਲਕੁਲ ਪੱਤਲਵਾੜਾ ਮੁਗਲਾਂ ਤੋਂ ਲੈ ਕੇ ਡਲਵਾਲੀ ਤੱਕ ਇਹ ਪਤਾ ਨਹੀਂ ਲੱਗਦਾ ਕਿ ਇੱਥੇ ਲੈਣ ਕਿੱਥੇ ਹੈਗੀ ਮਕਾਨ ਬਣ ਗਏ ਨੇ ਸਾਰੇ ਉੱਥੇ ਇੱਥੋਂ ਬਕਾਇਦਾ ਟ੍ਰੇਨ ਜਾਂਦੀ ਹੁੰਦੀ ਸੀ ਟ੍ਰੇਨ ਕਿੱਥੇ ਜਾਂਦੀ ਸੀ ਜੰਮੂ ਜਾਂਦੀ ਸੀ ਜੰਮੂ ਜਾਂਦੀ ਸੀ 7 ਆਨੇ ਟਿਕਟ ਹੁੰਦੀ ਸੀ 7 ਆਨੇ ਟਿਕਟ ਉਦੋਂ ਉਹ ਜੰਮੂ ਪੂਰਾ ਸਟੇਸ਼ਨ ਦੇ ਉੱਤੇ ਡਲਵਾਲੀ ਅਸਟੇਸਗੜ੍ਹ ਅਤੇ ਨਵਾਂਸ਼ਹਿਰ ਮੀਰਾ ਸਾਹਿਬ ਸਤਵਾਰੀ ਅਤੇ ਇੱਕ ਹੋਰ ਸਟੇਸ਼ਨ ਐਨੇ ਸਟੇਸ਼ਨ ਹੈਗੇ ਸਨ ਸਟੇਸਗੜ੍ਹ ਅਤੇ ਡਲਵਾਲੀ ਸਟੇਸਗੜ੍ਹ ਨਵਾਂਸ਼ਹਿਰ ਸਤਵਾਰੀ ਮੀਰਾ ਸਾਹਿਬ ਅਤੇ ਜੰਮੂ ਇਹ 6-7 ਸਟੇਸ਼ਨ ਹੁੰਦੇ ਸਨ ਜੰਮੂ ਜਿਹੜਾ ਹੈ ਨਾ ਸਟੇਸ਼ਨ ਉਹ ਚੜ੍ਹਦੀ ਸਾਈਡ 'ਤੇ ਸੀ ਚੜ੍ਹਦੀ ਸਾਈਡ 'ਤੇ ਚੜ੍ਹਦੀ ਸਾਈਡ 'ਤੇ ਟ੍ਰੇਨ ਜਿਹੜੀ ਹੈ ਨਾ ਜਾਂਦੀ ਸੀ ਅੱਗੋਂ ਦੱਖਣ ਭਾਰ ਹੋ ਜਾਂਦੀ ਸੀ ਅੱਗੇ ਜਾ ਕੇ ਬੰਦ ਰੋਡ
ਅੱਗੇ ਜਾ ਕੇ ਪੁਲ ਬਣ ਜਾਂਦਾ ਹਲੇ ਵੀ ਨਕਸ਼ਾ ਯਾਦ ਹੈ ਤੁਹਾਨੂੰ ਸਰ ਕਵੀ ਦੇ ਪੁਲ ਦੇ ਲੋਹੇ ਦਾ ਗਾਰਡਰ ਲੱਗੇ ਤੇ ਇਹਨਾਂ ਸਾਈਡਾਂ ਦੇ ਉੱਤੇ ਤਿੰਨ ਰਸਤੇ ਸਨ ਵਾਹ ਸੈਂਟਰ ਦੇ ਵਿੱਚੋਂ ਟ੍ਰੈਫਿਕ ਜਾ ਰਹੀ ਹੈ ਅੱਗੇ ਜਾ ਕੇ ਇੱਕ ਬਾਜ਼ਾਰ ਹੁੰਦਾ ਇੱਕ ਸ਼ਹਿਰ ਨੂੰ ਚਲੇ ਜਾਂਦਾ ਇੱਕ ਤਿਲੋ ਤਲਾ ਸ਼੍ਰੀਨਗਰ ਨੂੰ ਚਲੇ ਜਾਂਦਾ ਇਹ ਦੋ ਨਹਿਰਾਂ ਦੇ ਵਿਚਕਾਰ ਵਿਸਾਖੀ ਦਾ ਮੇਲਾ ਲੱਗਦਾ ਹੁੰਦਾ ਜੀ ਕਿਆ ਬਾਤ ਜਦੋਂ ਉਧਰੋਂ 48 ਦੇ ਵਿੱਚ ਆਏ ਇਹਨਾਂ ਬੰਦੇ ਸਾਮਾ ਇੱਕ ਐਸੀ ਜਗ੍ਹਾ ਸੀ ਸਾਂਬਾ ਸਾਮਾ ਹਾਂ ਜੀ ਗੱਡੀਆਂ ਦੇ ਭਾਰ ਕਹਿੰਦੇ ਹੁੰਦੇ ਸਨ ਹਿੰਦੂ ਚਾਰ 'ਚ ਫਿਰ ਖਲੋ ਜਾਂਦੇ ਤਾਂ ਗੱਡੀਆਂ ਤੋਂ ਉੱਤਰ ਦਿੰਦੇ ਤਾਂ ਮੁਸਲਮਾਨਾਂ ਨੂੰ ਸ਼ਹੀਦ ਕਰੀ ਜਾਂਦੇ ਸਨ ਇੱਕ ਬੰਦਾ ਉੱਥੇ ਉਤਰਿਆ ਉਹਨੇ ਜਾ ਕੇ ਮੰਦਰ ਦੇਖੇ ਨਾ ਚੌਥੇ ਡੇਕੇ ਨਾ ਅਤੇ ਇਹਨੇ ਟ੍ਰੇਲਰ ਲੈਣਾ ਗੱਡੀ ਦੇ ਥੱਲੇ 'ਚ ਇੱਕਣੀ ਨਾ ਐਨ ਜੱਫਾ ਮਾਰ ਲਿਆ ਗੱਡੀ ਚਲੀ ਜਾਂਦੀ ਹੈ ਅਤੇ ਕਲਾਉਂਦੇ ਆ ਬਾਹਰ ਨਹੀਂ ਨਿਕਲਦਾ ਕੋਈ ਵੀ ਜੇ ਕਿ ਹਨੇਰਾ ਹੁੰਦਾ ਨਿਕਲਣਾ ਜਾ ਕੇ ਮੁਸਲਮਾਨਾਂ ਨੂੰ ਕਹਿੰਦਾ ਗੱਡੀ ਤਾਂ ਕੋਈ ਨਾ ਜਾਈਓ ਉੱਥੇ ਤਾਂ ਕਤਲੇਆਮ ਹੁੰਦਾ ਹੀ ਆ ਕੋਈ ਫਿਰ ਉੱਥੋਂ ਬੰਦੇ ਨਸੇ ਨੇ ਦਿਨ ਚੜ੍ਹਦਾ ਇੱਕ ਮਾਤਾ 'ਚ ਵੜ ਜਾਂਦੇ ਹਨ ਰਾਤ ਦੇ ਨਹੀਂ ਤੁਰਦੇ ਜੇ ਅਕੜੀ ਆਉਂਦੇ ਹਨ ਪੈਰਾਂ ਦੇ ਵਿੱਚ ਕੰਡੇ ਜਾਂ ਕੋਈ ਜਿਹੜਾ ਨਾ ਫਲੈਸ਼ ਗਾਰਮੈਂਟ ਵਾਲਾ ਸ਼ੇਹੀ ਕਰਾਮ ਇਹਦੇ ਸਿਰ 'ਚ ਕੁਹਾੜੀ ਵੱਜੀ ਅਤੇ ਉਹ ਜੇ ਕੜੀ ਬਾਅਦ ਵਿੱਚ ਦੇਖਿਆ ਕਿ ਉਹ ਦੱਸਿਆ ਕਿ ਉਹਨੇ ਇਹ ਚੀਜ਼ ਜੇ ਕੜੀ ਉਹ ਪੈਦਲ ਆਏ ਪੈਰਾਂ ਦੇ ਵਿੱਚ ਕੰਡੇ ਪਾਖੇ ਹਾਲ ਮੰਦਰ ਦਿਹਾੜੇ ਮੁਸ਼ਕਲ ਕੋਈ ਰੰਗਪੁਰ ਆ ਜਾਂ ਕਿਹੜੀ ਜਗ੍ਹਾ ਕਿਸੇ ਪਿੰਡ ਆ ਉੱਥੋਂ ਟਾਂਗੇ 'ਤੇ ਬਹਿ ਕੇ ਫਿਰ ਘਰ ਆਉਂਦਾ ਕਈ ਹੁੰਦਾ ਆਏ ਸਨ ਜਿਹੜੇ ਆਏ ਦਿਨ ਨਾ ਸ਼ਾਇਦ ਉਹਨਾਂ ਦੇ ਵਿੱਚੋਂ ਸ਼ਾਦਰ ਨਾਦਰ ਹੋਏ ਬੰਦਾ ਕੋਈ ਨਹੀਂ ਅੱਛਾ ਇਹ ਸਾਰਾ ਹੋ ਗਿਆ ਡਰਮਾ ਵਾਲਾ ਚੌਕ ਇਹਦੇ ਇਰਦ ਗਿਰਦ ਸਾਰੀ ਤੁਸੀਂ ਵਾਹਵਾ ਤਫਸੀਲਨ ਰੋਸ਼ਨੀ ਪਾਈ ਇੱਕ ਇੱਕ ਚਹਿਰੀ ਰੋਡ ਨਿਕਲਦਾ ਪੈਰਸ ਹਾਂ ਪੈਰਸ ਰੋਡ ਰਾਈਟ ਸਾਈਡ 'ਤੇ ਨਿਕਲ ਜਾਂਦਾ ਨਾ ਜਿਹੜਾ ਸਿੱਧਾ ਜਾਂਦਾ ਕਚਹਿਰੀ ਇਹ ਜਿਹੜਾ ਸੀ ਇਹ ਪੁਰਾਣੀ ਕਚਹਿਰੀ ਸੀ ਇੱਥੇ ਕਚਹਿਰੀ ਸੀ ਪੁਰਾਣੀ ਟਾਵੇਂ ਮਕਾਨ ਬਣੇ ਫੈਕਟਰੀਆਂ ਅੱਛਾ ਫੈਕਟਰੀ ਏਰੀਆ ਸੀ ਤਕਰੀਬਨ ਜਾਂਦਾ ਇੱਥੇ ਵਰਕਿੰਗ ਏਰੀਆ ਸੀ ਸਾਰਾ ਬਾਕੀ ਉਹ ਕੁੜੀਆਂ ਦਾ ਕਾਲਜ ਬਣਿਆ ਹਿੱਸਾ ਕਾਲਜ ਜਿਹੜੇ ਫਿਰ ਤੁਹਾਡੇ ਹੈ ਨਾ ਇੱਥੇ ਰਹਿੰਦੇ ਸਨ ਸਰਦਾਰ ਜਾਂ ਹਿੰਦੂ ਮੇਘ ਵਗੈਰਾ ਜਦੋਂ ਗਏ ਨੇ ਤਾਂ ਕਿਸੇ ਨੇ ਇੱਥੋਂ ਹਮਲਾ ਕੀਤਾ ਉਹਨਾਂ ਦੇ ਉੱਤੇ ਇਸ ਮਹੱਲੇ ਦੇ ਵਿੱਚੋਂ ਨਹੀਂ ਕਰਨਾ ਕੀ ਸਾਡੇ ਗਲੀ ਦੇ ਵਿੱਚ ਸਾਰੇ ਮੁਸਲਮਾਨ ਦਾ ਇੱਕ ਹਿੰਦੂਆਂ ਦਾ ਘਰ ਸੀ ਜੀ ਕੀ ਨਾਂ ਸੀ ਉਹਨਾਂ ਦਾ ਉਹਨਾਂ ਕਾਸਮ ਨੂੰ ਕਹਿੰਦੇ ਹਾਂ ਮੁਸਲਮਾਨ ਹੋ ਗਿਆ ਸੀ ਅੱਛਾ 47 ਤੋਂ ਪਹਿਲਾਂ ਹੀ ਜਾਂ ਬਾਅਦ 'ਚ ਮੁਸਲਮਾਨ ਹੋਇਆ ਸੀ ਬਾਅਦ 'ਚ ਅਤੇ ਸਰਦਾਰ ਜਿਹੜੇ ਇਹਨਾਂ ਦਾ ਕੈਂਪ ਕਿੱਥੇ ਲੱਗਾ ਸੀ ਜਿਹੜੇ ਇੱਥੋਂ ਗਏ ਸਨ ਜਿਹੜੇ ਹਸਨ ਪੂਰਨ ਨਗਰ ਵਾਲੇ ਸਰਦਾਰ ਕਿੱਧਰ ਨੂੰ ਗਏ ਨੇ ਫਿਰ ਉਹ ਫਿਰ ਸਟੇਸ਼ਨ 'ਤੇ ਆਏ ਅਤੇ ਗੱਡੀਆਂ 'ਤੇ ਬਹਿ ਕੇ ਇੱਥੇ ਹੀ ਆਏ ਸਟੇਸ਼ਨ 'ਤੇ ਸਿਆਲਕੋਟ ਸਟੇਸ਼ਨ ਮੈਂ ਤਾਂ ਪੂਰਨ ਨਗਰ ਆਇਆ ਫਿਰ ਨਿਕਲੇ ਤਾਂ ਗੱਡੀ ਦਾ ਬਹਿ ਕੇ ਨਿਕਲ ਗਏ ਅੱਛਾ ਇੱਥੇ ਨਜ਼ਦੀਕ ਹੀ ਸਨ ਫਿਰ ਜਿਹੜੇ ਉਹ ਚਲੇ ਗਏ ਨੇ ਕਿਸੇ ਨੇ ਹਮਲਾ ਤਾਂ ਨਹੀਂ ਕੀਤਾ ਇੱਥੋਂ ਦੇਖੋ ਇਹ ਬਾਂਸ ਦੀਆਂ ਦੁਕਾਨਾਂ ਦੇ ਵਿੱਚੋਂ ਬਾਂਸ ਕੱਢ ਕੇ ਨਾ ਸਾਡੇ ਮੁਸਲਮਾਨਾਂ ਨੇ ਅੱਗੇ 'ਚ ਨਸੇ ਨੇ ਉਹਨਾਂ ਦੇ ਮਗਰ ਤਾਂ ਜਦੋਂ ਅੱਲਾਹ ਅਕਬਰ ਦਾ ਨਾਰਾ ਲੱਗਦਾ ਸੀ ਤਾਂ ਇੰਝ ਨੱਸਦੇ ਸਨ ਸਹੀ ਹੈ ਬਾਂਸ ਵਾਲਾ ਬਾਜ਼ਾਰ ਪੁਰਾਣਾ ਹੀ ਇਹਦਾ ਨਾਂ ਇਹਦੇ ਨਾਂ 'ਤੇ ਉਦੋਂ ਵੀ ਬਾਂਸ ਇੱਥੇ ਹੁੰਦੇ ਸਨ ਅਤੇ ਤੁਸੀਂ ਕਦੀ ਗਏ ਉੱਥੇ ਜੰਮੂ ਮੈਂ ਜੰਮੂ ਬਚਪਨ ਦਾ ਬਾਜ਼ਾਰ ਇਹਦਾ ਤੁਹਾਨੂੰ ਦੱਸਿਆ ਜੀ ਹਾਂ ਮੈਂ ਤੁਹਾਡੀ ਸਾਰੀ ਸੁਣੀ ਲੇਕਿਨ ਮੈਂ ਰਿਕਾਰਡ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦਾ ਹਾਂ ਜੰਮੂ ਕਿੱਦੋਂ ਗਏ ਤੁਸੀਂ ਸਨ 45, 44, 42 ਮੈਂ ਉੱਥੇ ਜੰਮੂ ਕਿਹੜੇ ਏਰੀਏ ਵਿੱਚ ਗਏ ਤੁਸੀਂ ਉੱਥੇ ਜੋ ਗੋਲ ਬਦਰਾਲ ਪੰਜਵੀਰ ਕਿਲੋ ਤਲਾ ਅਤੇ ਨਹਿਰ ਜਿਹੜਾ ਸ਼ਹਿਰ ਸਮਾਧੀ ਹਾਂਜੀ ਉਰਦੂ ਦਾ ਦਾਦੂ ਦਾ ਜਰਾਕਾ ਮਹਾਲਾ ਉਸਤਾਦ ਦਾ ਮਹਾਲਾ ਵਾਹ ਜੀ ਦੇਖਿਆ ਅਤੇ ਕੀ ਉੱਥੇ ਕੋਈ ਕਾਰੋਬਾਰ ਸੀ ਜਾਂ ਕੀ ਮੇਰਾ ਨਾਨਾ ਉੱਥੇ ਵਾਹੀ ਕਰਦਾ ਅੱਛਾ ਨਾਨਾ ਜਾਂ ਤੁਹਾਡੇ ਉੱਥੇ ਉਹ ਹੈ ਇੱਧਰ ਤਾਂ ਸਾਨੂੰ ਉੱਥੇ ਵਾਹੀ ਕਰਨ ਜਾਂਦੇ ਐਡੀ ਦੂਰ ਠੇਕੇ ਦੇ ਜ਼ਮੀਨ ਲੈਂਦੇ ਅੱਛਾ ਉੱਥੇ ਠੇਕੇ ਜ਼ਮੀਨ ਲਈ ਸੀ ਉੱਥੇ ਤੋਂ ਉੱਥੋਂ ਵੀ ਆਬੋ ਹਵਾ ਬੜੀ ਅੱਛੀ ਸੀ ਖਨੌਰ ਜਿਹੜਾ ਇਲਾਕਾ ਹੈ ਨਾ ਹਾਂਜੀ ਹਾਂਜੀ ਕਿਸੇ ਨੂੰ ਟੀਬੀ ਹੋ ਜਾਂਦੀ ਸੀ ਨਾ
6 ਮਹੀਨੇ ਗਰਮੀਆਂ ਦਾ ਸੀਜ਼ਨ ਕੱਢਿਆ ਬਿਲਕੁਲ ਸਹੀ ਜੀ ਉਹਦਾ ਪਾਣੀ ਆ ਉਧਰ ਦੀ ਆਬਹਵਾ ਪਾਣੀ ਉਧਰ ਖੁਰਾਕ ਕਿਸ ਤਰ੍ਹਾਂ ਦੀ ਸੀ ਜਿਹਨੂੰ ਟੀਬੀ ਹੁੰਦਾ 6 ਮਹੀਨੇ ਉੱਥੇ ਰਹਿ ਕੇ ਤੁਹਾਨੂੰ ਸ਼ਫਾ ਮਿਲ ਜਾਂਦੀ ਸੀ ਵਾਹ ਜੀ ਵਾਹ ਕੀ ਬਾਤ ਹੈ ਜੀ ਬੜੀ ਗੱਲ ਹੈ ਜੀ ਅਤੇ ਇੱਥੇ ਤਾਂ ਨਹੀਂ ਕਿਤੇ ਕੋਈ ਮਾਰ ਧਾੜ ਹੋਈ ਕਿਤੇ ਕੋਈ ਕਤਲ ਵਗੈਰਾ ਗਾਰਤ ਹੋਈ ਹੋਈ ਐਸੇ ਕਿਸੇ ਏਰੀਏ ਦੇ ਵਿੱਚ ਕਿਸੇ ਨੂੰ ਹੋਇਆ ਨਾ ਉਦੋਂ ਕਿਉਂਕਿ ਅਕਸਰ ਜੱਥੇ ਵਿੱਚ ਹੈ ਸਨ ਜਿਹੜੇ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ ਬੱਚੇ ਸਨ ਬੱਚੇ ਘੱਟ ਨਿਕਲਦੇ ਆ ਜਾਂ ਕੋਈ ਜੀ ਉਦੋਂ ਇਹ ਹੁੰਦਾ ਸੀ ਕਿ ਅੰਦਰ ਅੰਦਰ ਰਹਿਣਾ ਸੀ ਕੋਈ ਉਹੋ ਜਿਹੀ ਗੱਲ ਨਹੀਂ ਸੀ ਸੁੱਤੇ ਦੇ ਪਤਾ ਹੀ ਨਹੀਂ ਸੀ ਕਿ ਲੜਾਈ ਝਗੜਾ ਹੋਣਾ ਰਾਤੀ 12 ਵਜੇ ਤਲਾਹ ਹੋ ਗਈ ਜੀ ਪਾਕਿਸਤਾਨ ਬਣ ਗਏ ਜੀ ਜੀ ਇਹ ਜਿਹੜਾ ਗ੍ਰੀਨਵੁੱਡ ਸਟਰੀਟ ਹੈ ਨਾ ਹਾਂਜੀ ਗ੍ਰੀਨਵੁੱਡ ਸਟਰੀਟ ਬੜਾ ਬੜੀਆਂ ਪੁਰਾਣੀਆਂ ਬਿਲਡਿੰਗਾਂ ਇੱਥੇ ਹਿੰਦੂ ਨੇ ਜ਼ਿਆਦਾਤਰ ਪ੍ਰੇਮ ਕਰੀ ਹਿੰਦੂ ਉਹ ਅੱਗੇ ਮਸਜਿਦ ਬਣੀ ਸੀ ਉਹ ਗਲਾ ਸਾਰਾ ਇਲਾਕਾ ਮੁਸਲਮਾਨਾਂ ਦਾ ਇੱਥੇ ਬੜੀਆਂ ਕਾਫੀ ਸਾਰੀਆਂ ਬਿਲਡਿੰਗਾਂ ਪੁਰਾਣੀਆਂ ਨੇ ਗਲੀ ਦੇ ਵਿੱਚ ਵੀ ਚਲੇ ਜਾਓ ਅਤੇ ਇਹ ਵਜ਼ੀਰਪੁਰਾ ਜਿਹੜਾ ਦੱਸਿਆ ਤੁਸਾਂ ਟਰਮਾਲ ਚੌਂਕ ਨੀਅਰ ਉੱਥੇ ਬੜੀ ਬੜੀ ਪੁਰਾਣੀ ਬਿਲਡਿੰਗ ਹੈ ਜਿਹੜਾ ਹੈ ਨਾ ਕੀ ਨਾਂ ਡਾਕਟਰ ਅਬਦੁਲ ਕਰੀਮ ਵਾਲੀ ਗਲੀ ਵੈਸੇ ਸਹੀ ਇਹ ਗ੍ਰੀਨਵੁੱਡ ਨਾਂ ਉਦੋਂ ਵੀ ਨਾਂ ਆਇਆ ਸੀ ਜੀ ਦਾ ਕਿਹਦੇ ਨਾਂ ਤੁਸੀਂ ਹੈ ਕੋਈ ਵੱਡਾ ਵਡੇਰਾ ਸੀ ਉਹਦੇ ਨਾਂ ਹੀ ਇਹ ਜਿਹੜਾ ਨਿਊ ਪ੍ਰੋ ਸੈਮਨ ਸਾਹਮਣਾ ਮਹੱਲਾ ਹੈ ਜੀ ਜੀ ਇਹ ਹਿੰਦੂਆਂ ਦਾ ਸੀ ਮਾਮਨੀਰ ਮਨੁਕਾਣੀ ਦੇ ਬੈਕ ਸਾਈਡ ਦੇ ਜੀ ਜੀ ਬਿਲਕੁਲ ਚੰਦ ਘਰ ਹੈ ਸਨ ਮੁਸਲਮਾਨਾਂ ਦੇ ਉਦੋਂ ਇਹ ਨਹੀਂ ਸੀ ਹੁੰਦਾ ਇਹ ਹਿੰਦੂ ਨਹੀਂ ਆ ਕੋਈ ਉਦੋਂ ਵੀ ਪਿਆਰ ਮੁਹੱਬਤ ਹੈ ਸਭ ਦੀ ਸਾਂਝ ਸੀ ਉਦੋਂ ਅਹਿਸਾਸ ਸੀ ਮੁਹੱਬਤ ਸੀ ਉਦੋਂ ਇਸ ਚੀਜ਼ ਦਾ ਮਜ਼ਹਬਾਂ ਦਾ ਪਤਾ ਹੀ ਕੋਈ ਨਹੀਂ ਸੀ ਲੋਕਾਂ ਨੂੰ ਹੈ ਪਤਾ ਕੀ ਕਹਿੰਦੇ ਅਸੀਂ ਗਏ ਹਾਂ ਇਹ ਤਾਂ ਤੁਹਾਡੇ ਵੱਲ ਤੁਸੀਂ ਜਾਣੋ ਇਹਨਾਂ ਕਿਸਾਨ ਪਤਾ ਹੀ ਨਹੀਂ ਸੀ ਕਿ ਇੰਜ ਹੋਣਾ ਹੈ ਇੰਜ ਅੱਛਾ ਕਿਸੇ ਸਿੱਖ ਦੀ ਸ਼ਾਦੀ ਵਗੈਰਾ 'ਤੇ ਤੁਸੀਂ ਗਏ ਕਦੀ ਦਫਾਕਣ ਕੋਈ ਦੋਸਤ ਨੇ ਬੁਲਾਇਆ ਜਾਂ ਬੁਲਾ ਉਹਨਾਂ ਨੂੰ ਤੁਸਾਂ ਬੁਲਾਇਆ ਹੋਇਆ ਉਦੋਂ ਦੇਖੋ ਅਸੀਂ ਬਿਲਕੁਲ ਛੋਟੇ ਜੀ 10 ਸਾਲ ਦੇ ਸਾਂ ਉਦੋਂ ਅਸੀਂ ਘਾਟੇ ਸਲਾਮੀਆ ਸਕੂਲ ਨਿਕਲਣਾ ਘਰ ਘਰੋਂ ਨਿਕਲਣਾ ਸਲਾਮੀਆ ਸਕੂਲ ਮੰਡੀ ਹੁੰਦੀ ਸੀ ਜਿੱਥੇ 6 ਹਸਪਤਾਲ ਹੈ ਇੱਥੇ ਮੰਡੀ ਹੁੰਦਾ ਸੀ ਇਹ 6 ਹਸਪਤਾਲ ਇੱਥੇ ਮੰਡੀ ਹੁੰਦੀ ਸੀ ਮੰਡੀ ਸਬਜ਼ੀ ਮੰਡੀ ਅੱਛਾ ਪੁਰਾਣੀ ਪਹਿਲੀ ਮੰਡੀ ਸਾਡੀ ਸਿਆਲਕੋਟ ਦੀ ਇੱਥੇ ਹੁੰਦੀ ਸੀ ਫਿਰ ਉਹਦੇ ਬਾਅਦ ਮੰਡੀ ਨੂੰ ਪਲਾਜ਼ਾ ਹਾਂਜੀ ਕਿਲੇ ਦੇ ਰੋਡ ਦੇ ਸਾਹਮਣੇ ਇਹ ਵੀ ਮੰਡੀ ਹੁੰਦੀ ਸੀ ਜੀ ਜੀ ਜਿੱਥੇ ਮੱਛੀ ਵਿਕਦੀ ਹੈ ਹਾਂਜੀ ਅੱਗੇ ਮੱਛੀ ਫਰੂਟ ਮੰਡੀ ਹੁੰਦੀ ਸੀ ਵਾਹ ਜੀ ਵਾਹ ਸਾਡੇ ਸ਼ਬਾਸ਼ਾਂ ਦੇ ਵਿੱਚ ਇਸ ਹੱਥ ਜਿਹੜੀ ਮਾਰਕੀਟ ਬਣੀ ਸੀ ਉਹ ਵੀ ਸਬਜ਼ ਮੰਡੀ ਰਹੀ ਹੈ ਕੀ ਬਾਤ ਹੈ ਮਾਮਨੀਰ ਬੰਦੂਕਾਂ ਵਾਲੇ ਨੇ ਜਿਹਦਾ ਸ਼ਾਕਰ ਜੀ ਜੀ ਉਹਦੀ ਬੈਕ ਸਾਈਡ 'ਤੇ ਮੰਡੀ ਰਹੀ ਸੀ ਜੀ ਜੀ ਜਦੋਂ ਪਾਕਿਸਤਾਨ ਬਣਨਾ ਸੀ ਨਾ ਲਾਲ ਨਹਿਰੀ ਆਈ ਸੀ ਲਾਲ ਨਹਿਰੀ ਆਈ ਸੀ ਅੱਛਾ ਬਾਅਦ ਵਿੱਚ ਆਪਣੇ ਜ਼ਿਆਦਾ ਵੱਡ ਟੁੱਕ ਹੋਈ ਹੈ ਪਰ ਮਛਰ ਕੇ ਪੰਜਾਬ ਵੱਲ ਜ਼ਿਆਦਾ ਹੋਈ ਸਿੱਖਾਂ ਨੇ ਅਤੇ ਹਿੰਦੂਆਂ ਨੇ ਮੁਸਲਮਾਨਾਂ ਦੀ ਕੀ ਹਾਂ ਬਿਲਕੁਲ ਉਧਰ ਉਸ ਸਾਈਡ 'ਤੇ ਉਧਰੋਂ ਜੰਮੂ ਵਾਲੀ ਸਾਈਡ 'ਤੇ ਬਹੁਤ ਜ਼ਿਆਦਾ ਖਨੌਰ ਪੁੱਲ ਦੇ ਬੜੇ ਸਾਰੇ ਵਾਕਿਆਤ ਨੇ ਉਹਦੇ ਉੱਤੇ ਬੜੇ ਜਿਹੜੇ ਨਾ ਕਾਫੀ ਲੋਕਾਂ ਨੇ ਦੱਸਿਆ ਇਹ ਜਿਹੜਾ 47 ਦੇ ਵਿੱਚ ਉਹ ਨਹੀਂ ਦੱਸਿਆ ਟੀ ਵੀ ਦੇ ਉੱਤੇ ਕਾਇਦ ਆਜ਼ਮ ਦੇ ਉਧਰੋਂ ਹਿੰਦੂ ਹੁੰਦੇ ਨੇ ਕਿਸੇ ਨਾਲ ਆਪਣੇ ਡੰਗਰ ਲਏ ਹੁੰਦੇ ਬੱਚੇ ਚੁੱਕੇ ਦੇ ਅਤੇ ਇੰਝੇ ਹਾਂਜੀ ਹਾਂਜੀ ਸਹੀ ਵਾਕਿਆ ਦੱਸਦੇ ਨੇ ਅੱਛਾ ਦੁਬਾਰਾ ਕਦੀ ਕੋਈ ਸਿੱਖ ਪਰਤੇ ਆ ਜਾਂ ਹਿੰਦੂ ਪਰਤੇ ਆਪਣੀ ਇੱਥੇ ਜਿਹੜੀ ਜਾਇਜ਼ ਹੈ ਅੱਛਾ ਜੀ ਇੱਥੇ ਕਈਆਂ ਦੇ ਘਰ ਗਏ ਨੇ ਉਹਨਾਂ ਨੇ ਕਿਹਾ ਜੀ ਅਸੀਂ ਘਰ ਸਾਡਾ ਅਸੀਂ ਦੇਖਣਾ ਉਹਨਾਂ ਨੇ ਕਿਹਾ ਉਹ ਇਹ ਕਿੰਨੀਆਂ ਲੱਗੀ ਦੀਆਂ ਨੇ ਜੀ ਉਹਨਾਂ ਦਾ ਰੰਗ ਹੋਇਆ ਵਾ ਜੀ ਜੀ ਉਹਨਾਂ ਨੇ ਕਿਹਾ ਇੰਝ ਕਰੋ ਇਹ ਕਿੰਨੀਆਂ ਸਾਨੂੰ ਦੇ ਛੱਡੋ ਕਿੰਨੀਆਂ ਲੈ ਗਏ ਅਚਾਨਕ ਇੱਕ ਕਿੰਨੀ ਰਹਿ ਗਈ ਉਹਨਾਂ ਨੇ ਕਿਹਾ ਸਾਰੀਆਂ ਲੈ ਗਏ ਭਲਾ ਦੇਖੋ ਸਹੀ ਕੀ ਹੈ ਆਹੋ ਉਹ ਦੇਖਿਆ ਸੋਨਾ ਸੋਨੇ ਦੀ ਕਲੀਅਰ ਰੰਗ ਕਰ ਗਏ ਉਹ ਇਹ ਕਿਹੜੀ ਜਗ੍ਹਾ 'ਤੇ ਆਏ ਇੱਥੇ ਇਹ ਗ੍ਰੀਨਵੁੱਡ ਸਟਰੀਟ ਦੀ ਗੱਲ ਹੈ ਵਾਹ ਜੀ ਵਾਹ ਅਤੇ ਕਿੰਨੀਆਂ ਜੀ ਜਾਣੀ ਕਿ ਪਤਾ ਨਹੀਂ ਕਿੰਨੀਆਂ ਹੈ ਨੇ ਕਿੰਨੀ ਬਾਅਦ ਧੋਏ ਫਿਰ ਪਤਾ ਲੱਗਾ ਕਿੰਨੀ ਦੇਰ ਬਾਅਦ ਵਾਪਸੀ ਆਏ ਹੋ
ਪੰਤਾਲੀ ਆਏ ਕੋਈ 8-10 ਸਾਲਾਂ ਬਾਅਦ 8-10 ਸਾਲਾਂ ਬਾਅਦ ਆਏ ਤੇ ਉਹ ਕਿੱਲੀਆਂ ਜਿਹੜੀਆਂ ਹਰਾਬੀਆਂ ਉਹ ਵੀ ਹੋਰੇ 6-7 ਸਾਲਾਂ ਬਾਅਦ 5 ਸਾਲਾਂ ਬਾਅਦ ਆਏ ਤੇ ਇਹ ਪੁਰਾਣੀਆਂ ਗੱਲਾਂ ਸ਼ਾਦੋ ਨਾਦਰ ਹੀ ਪਤਾ ਲੱਗਦਾ ਕਿਸੇ ਨੂੰ ਇੱਥੇ ਪਤਾ ਲੱਗਾ ਤੇ ਹੁਣ ਉੱਥੇ ਰੰਗ ਬੁਰੇ ਕੀ ਪਤਾ ਲੱਗਦਾ ਕੌਣ ਆਇਆ ਕੌਣ ਗਿਆ ਹਾਂ ਬਿਲਕੁਲ ਹਾਂਜੀ ਬਾਤ ਹੈ ਤੂੰ ਗੱਲ ਹੋਏ ਨਿਕਲੇ ਤਾਂ ਫਿਰ ਹੀ ਪਤਾ ਚੱਲ ਜਾਣਾ ਹੋਰ ਇਸ ਤੋਂ ਇਲਾਵਾ ਕੋਈ ਤੁਹਾਡੀ ਕੋਈ ਉਦੋਂ ਕੋਈ ਐਸੀ ਗੱਲ ਹੈ ਜਿਹੜੀ ਇਹ ਮੈਂ ਜਿਹੜੀ ਤੁਹਾਨੂੰ 47 ਦੌਰ 'ਚ ਬੜਾ ਹੀ ਵੇਖ ਕੇ ਦੁੱਖ ਹੋਇਆ ਹੋਇਆ ਐਸੀ ਕੋਈ ਗੱਲ ਦੁੱਖ ਹੁੰਦਾ ਸਾਡਾ ਅੰਮਾ ਦਾ ਚਾਚਾ ਸੀ ਉਹ ਆਇਆ ਸੀ ਉਦੋਂ ਜੀ ਉੱਧਰੋਂ ਆਏ ਸਨ ਉਹ ਕਿਹੜੀ ਜਗ੍ਹਾ ਰਹਿ ਰਹੇ ਸਨ ਤੁਹਾਡੀ ਵਾਲਦਾ ਸਾਹਿਬ ਦਾ ਉਹ ਦਾਦਾ ਅੰਮਾ ਦਾ ਚਾਚਾ ਸੀ ਉਹ ਰਹਿੰਦੇ ਦੋ ਨਹਿਰਾਂ ਜੰਮੂ ਔਰ ਨਾਲ ਜਾਮੂ ਦਾ ਬਾਗ ਸੀ ਦੁਬਾਰਾ ਰਿਪੀਟ ਕਰਿਓ ਫਿਰ ਅੰਮਾ ਦਾ ਚਾਚਾ ਰਹਿੰਦਾ ਸੀ ਜੰਮੂ ਜੀ ਦੋ ਨਹਿਰਾਂ ਨੇ ਜੰਮੂ ਜਿਹੜਾ ਸ੍ਰੀਨਗਰ ਰੋਡ ਦੇ ਉੱਤੇ ਜੀ ਉੱਥੇ ਵਿਸਾਖੀ ਦਾ ਮੇਲਾ ਲੱਗਦਾ ਸੀ ਜੀ ਜੀ ਔਰ ਨਾਲ ਉੱਤਰ ਕੇ ਤਾਂ ਥੱਲੇ ਜਾਮੂ ਦਾ ਬਾਗ ਸੀ ਉੱਥੇ ਪਾਈ ਕਰਦੇ ਸਨ ਉਹਨਾਂ ਨੇ ਉੱਥੇ ਸ਼ਹੀਦ ਕਰ ਛੱਡਿਆ ਉਹਨਾਂ ਨਹੀਂ ਆ ਗਏ ਸਰ ਉੱਥੇ ਇੱਥੇ ਆ ਗਏ ਸਨ ਅਤੇ ਉਹ ਦੋਨੇ ਇੱਕ ਨਹਿਰ ਦੇ ਉੱਤੇ ਬਿਜਲੀ ਘਰ ਬਣਿਆ ਦਾ ਸੀ ਜੀ ਜੀ ਜਿਹੜੀ ਮਹਿੰਦੀ ਸਾਈਡ ਸੀ ਉੱਥੇ ਇੱਥੋਂ ਜਿਹੜਾ ਹੈ ਨਾ ਬਦਾਮੀ ਬਾਗ ਸੀ ਬੜਾ ਮਸ਼ਹੂਰ ਸੀ ਇਸ ਤਰ੍ਹਾਂ ਨਹਿਰ ਆਉਂਦੀ ਐਂ ਥੱਲੇ ਡੇਗਦੀ ਹੈ ਨਹਿਰ ਦੇ ਨਾਲ ਸੜਕ ਦੇ ਨਾਲ ਨਾਲ ਨਾਲੇ ਜਾਂਦੇ ਨੇ ਪਏ ਖੇਤਾਂ ਨੂੰ ਪਾਣੀ ਛੱਡਣ ਲੱਗਦਾ ਹੈ ਜਾਮ ਨੂੰ ਜਿਹੜੇ ਜੰਮੂ ਦੇ ਸਨ ਸਹੀ ਇਹ ਜਿਹੜੀ ਸਾਈਕਲ ਵਾਲੀ ਗਲੀ ਇਹਦਾ ਕੀ ਨਾਂ ਸੀ ਨਿਹਾਲ ਚੰਦ ਅੱਛਾ ਨਿਹਾਲ ਚੰਦ ਸੀ ਇਹ ਵੀ ਹਿੰਦੂ ਦੇ ਨਾਂ ਸੀ ਜੀ ਜ਼ਿਆਦਾ ਹਿੰਦੂ ਸਨ ਇੱਧਰ ਸਿੱਖ ਦੀ ਅਕਸਰੀਅਤ ਉੱਧਰ ਪੂਰਨ ਨਗਰ ਸੀ ਸ਼ਹਿਰ ਦੇ ਵਿੱਚ ਹੋਣਗੇ ਜੀ ਜੀ ਟਾਵੇ ਟਾਵੇ ਹੀ ਹੋਣੇ ਜੀ ਜੀ ਬਿਲਕੁਲ ਠੀਕ ਹੈ ਜੀ ਸਾਹਿਬ ਤੁਸੀਂ ਬਹੁਤ ਅੱਛਾ ਸਾਡੇ ਨਾਲ ਸਿਆਲਕੋਟ ਦੀ ਤਾਰੀਖ ਦੱਸੀ ਡਰਮਾ ਵਾਲੇ ਚੌਂਕ ਦੇ ਇਰਦ ਗਿਰਦ ਜਿੰਨੇ ਵੀ ਮੁਹੱਲੇ ਇਹਨਾਂ ਦੇ ਉੱਤੇ ਤੁਸੀਂ ਬੜੀ ਅੱਛੀ ਰੋਸ਼ਨੀ ਪਾਈ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਸਨ ਸਾਨੂੰ ਵੀ ਨਹੀਂ ਪਤਾ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਸਾਰਾ ਪਤਾ ਚੱਲਿਆ ਡਰਮਾ ਵਾਲਾ ਚੌਂਕ ਜਹਾਦ ਰੋਡ ਵਜ਼ੀਰਪੁਰ ਕਿਸਨਾ ਕਿਸਨਾ ਦੇ ਨਾਂ ਸਨ ਇਹਨਾਂ ਦੇ ਲਹਾਈ ਬਾਜ਼ਾਰ ਗ੍ਰੀਨਵੁੱਡ ਸਟਰੀਟ ਕਚਹਿਰੀ ਪੈਰਸ ਰੋਡ ਪੈਰਸ ਰੋਡ 'ਤੇ ਮੇਰਾ ਬਾਅਦ 'ਚ ਨਾਂ ਇਹਦਾ ਪਿਆ ਹੈ ਪੁਰਾਣਾ ਇਹ ਵੀ ਪੁਰਾਣਾ ਹੀ ਪੈਰਸ ਰੋਡ ਹੋਰ ਕੋਈ ਤਰੀਕੇ ਚੀਜ਼ ਦੇ ਇਰਦ ਗਿਰਦ ਹੋਏ ਆਪਣੇ ਪੈਰਸ ਰੋਡ ਦੇ ਅੱਗੇ ਭੇਡ ਦੇ ਪੁੱਲ ਦੇ ਕੋਲ ਚਿੱਟੀ ਕੋਠੀ ਹੁੰਦੀ ਸੀ ਜੀ ਇੱਥੇ ਵੀ ਦੁਸਹਿਰਾ ਲੱਗਦਾ ਹੁੰਦਾ ਸੀ ਲਾਲਾ ਬੇਲੀਦਾਰ ਨਹੀਂ ਇਹ ਕਰਾਉਂਦਾ ਹੁੰਦਾ ਇਹ ਜਿਹੜਾ ਮਾਲਕ ਸੀ ਮਲਕ ਅਬਦੁਲ ਅਜ਼ੀਜ਼ ਮੇਰੇ ਨਾਲ ਪੜ੍ਹਿਆ ਦਾ ਸੀ ਛੇ ਇੱਕ ਰਾਮ ਦੀ ਫਲੈਸ਼ ਗਾਰਮੈਂਟ ਵਾਲੇ ਦਾ ਪਿਓ ਮੇਰੇ ਨਾਲ ਪੜ੍ਹਿਆ ਦੇ ਸੀ ਵਾਹ ਜੀ ਵਾਹ ਕਲਾਸ ਪਹਿਲੇ ਹੁਣ ਤੁਹਾਡੇ ਸਾਰੇ ਹੈ ਹੋਰ ਵੀ ਬਥੇਰੇ ਸਨ ਰਾਜਾ ਸਰਫਰਾਜ਼ ਬੜਾ ਅੱਛਾ ਮਾਸਟਰ ਸੀ ਸੈਯਦ ਸ਼ਬੀਰ ਹੁਸੈਨ ਸ਼ਾਹ ਹਯਾਤ ਨੇ ਲੈ ਮਾਸ਼ਾ ਅੱਲਾਹ ਰਿਆਸਤ ਨਰਾਇਣਗੜ੍ਹ ਦੇ ਸਨ ਬਹੁਤ ਹੋ ਗਏ ਰਿਆਸਤ ਨਰਾਇਣਗੜ੍ਹ ਨਰਾਇਣਗੜ੍ਹ ਇੰਡੀਆ ਦੇ ਜਮਾਤ ਵਾਲੀ ਸੀ ਮਾਸਟਰ ਜੀ ਉਹ ਜੰਮੂ ਦਾ ਸੀ ਬਹੁਤ ਸ਼ੁਕਰੀਆ ਜੀ ਸਾਹਿਬ ਅੱਲਾਹ ਤਾਲਾ ਤੁਹਾਨੂੰ ਸਿਹਤ ਦੇ ਤੰਦਰੁਸਤੀ ਦੇ ਹਯਾਤੀ ਦੇ ਬੜਾ ਅੱਛਾ ਲੱਗਾ ਤੁਹਾਡੇ ਨਾਲ ਗੁਫ਼ਤਗੂ ਕਰਕੇ ਅਸਲਾਮ ਵਾਲੇ ਸਾਡੇ ਕੋਲ ਤਾਂ ਦੇਖੋ ਚੀਜ਼ ਪਤਾ ਕੀ